ਗਾਵੀਐ ਸੁਣੀਐ ਮਨ ਰਖੀਐ ਪਾਉ, ਦੁਖ ਪਰ ਹਰ ਸੁਖ ਕਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਸ਼ੁਕਰੀਆ। ਇੱਧਰ ਮੇਰੀ ਹੇਅਰਿੰਗ ਠੀਕ ਹੋ ਗਈ ਲੱਗਦਾ, ਅਤੇ ਯਾਰ ਅਸੀਂ ਇੱਕ ਸਾਊਂਡ ਜਿਹੜਾ ਹੈਗਾ ਇੱਕ ਕਰਨ ਲੱਗ ਗਏ, ਇਸ ਕਰਕੇ ਅੱਜ ਮੇਰੇ ਕੰਨਾਂ ਨੂੰ ਲੱਗ ਰਿਹਾ ਸੀ ਕੁਛ ਮਿਊਜ਼ੀਕਲ ਵਾਪਰ ਰਿਹਾ ਇੱਥੇ ਉਸ ਰੂਪ ਦੇ ਵਿੱਚ। ਸੋ ਸ਼ੁਕਰੀਆ। ਆਪ ਜਿਵੇਂ ਇੱਥੋਂ ਤੱਕ ਆਪਾਂ ਪਹੁੰਚੇ ਸੀਗੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਕਿਉਂਕਿ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਸੋ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਪਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਆਪਾਂ ਬੀਤੇ ਕੱਲ ਇਸ ਪੰਕਤੀ 'ਤੇ ਸੀ, ਇਜ਼ ਇਟ ਰਾਈਟ? ਇਹੀ ਵਿਚਾਰ ਰਹੇ ਸੀ ਆਪਾਂ, ਗਾਵੀਐ ਸੁਣੀਐ ਮਨ ਰੱਖੀਐ ਪਾਉ। ਇਹਦੇ 'ਚ ਨੋ ਡਾਊਟ ਪ੍ਰੋਨਾਊਂਸੀਏਸ਼ਨ ਦੇ ਪੱਖ ਤੋਂ ਕੱਲ੍ਹ ਕੁਝ ਬਾਤ ਹੋ ਗਈ ਸੀ, ਪਰ ਇਹਦੇ 'ਚ ਇਤਨੀ ਇੱਕ ਬੇਨਤੀ ਕਰਾਂ ਕਿ ਜਿਹੜਾ ਭਉ ਅਤੇ ਭਾਉ ਹੈ, ਸਮਟਾਈਮਸਲੀ ਕਿਡਸ ਆਰ ਆਸਕਿੰਗ ਮੀ, ਭਾਈ ਸਾਹਿਬ ਵਟ ਇਜ਼ ਦ ਡਿਫਰੈਂਸ ਬਿਟਵੀਨ ਭਉ ਐਂਡ ਭਾਉ? ਭਉ ਡੈਫੀਨੇਟਲੀ ਵੀ ਸ਼ੁਡ ਟਰਾਈ ਟੂ ਟਰਾਂਸਲੇਟ ਇਨ ਪਲੇਨ ਇੰਗਲਿਸ਼, ਭਉ ਮੀਨ ਫੀਅਰ, ਐਂਡ ਵੈਨ ਵੀ ਐਕਚੁਲੀ ਟਰਾਈ ਟੂ ਟਰਾਂਸਲੇਟ ਭਾਉ, ਭਾਉ ਮੀਨ ਅਫੈਕਸ਼ਨ ਔਰ ਲਵ। ਸੋ ਇਹ ਐਂਡ ਦੇ ਆਰ ਵੈਰੀ ਕਲੋਜ਼ ਬਾਏ, ਜਿਸਨੂੰ ਅਸੀਂ ਫੀਅਰ ਫੈਕਟਰ ਕਹਿੰਦੇ ਹਾਂ। ਡਰ ਦਾ ਇੱਕ ਮਸਲਾ ਇਹ ਵੀ ਹੈ ਕਿ ਬੰਦੇ ਨੂੰ ਡਰ ਖਰਾਬ ਕਰਦਾ ਹੈ, ਤੰਗ ਕਰਦਾ ਹੈ, ਅਤੇ ਸਭ ਤੋਂ ਵੱਡਾ ਦੁੱਖ ਹੀ ਸਾਡੇ ਜੀਵਨ ਦਾ ਡਰ ਹੈ। ਅਸੀਂ ਡਰ ਦੇ ਅਧੀਨ ਝੂਠ ਬੋਲਦੇ ਹਾਂ ਵੀ ਮੈਨੂੰ ਮਤਲਬ ਕੋਈ ਕੰਮ ਨਾ ਹੋ ਰਹਿ ਜਾਏ ਮੇਰਾ, ਇਸ ਕਰਕੇ ਮੈਂ ਝੂਠ ਬੋਲ ਕੇ ਕੰਮ ਕਰਾ ਲਵਾਂ। ਡਰ ਦੇ ਅਧੀਨ ਸਭ ਜ਼ਿੰਦਗੀ 'ਚ ਡਰ ਹੀ ਹੈ, ਅੱਜ ਰੋਜ਼ੀ ਰੋਟੀ ਹੈ, ਕੱਲ੍ਹ ਨਹੀਂ ਹੋਏਗੀ, ਇਸ ਕਰਕੇ ਕੀ ਕਰਾਂ, ਜਲਦੀ ਜ਼ਿਆਦਾ ਇਕੱਠਾ ਕਰ ਲਵਾਂ, ਡਰ ਹੈ। ਸੋ ਡਰ ਹੀ ਸਾਰੇ ਦਾ ਸਾਰਾ ਸਾਨੂੰ ਚਲਾ ਰਿਹਾ। ਇਸ ਡਰ ਨੂੰ ਇੱਕ ਨਿਰਮਲ ਡਰ ਦੇ ਵਿੱਚ, ਨਿਰਮਲ ਡਰ ਇਹ ਕਿ ਜੋ ਮਰਜ਼ੀ ਹੋ ਜਾਏ ਵਾਹਿਗੁਰੂ ਦੀ ਨਜ਼ਰ ਵਿੱਚ ਮੈਂ ਸਹੀ ਰਹਿਣਾ ਆ, ਉਹ ਮੈਨੂੰ ਵੇਖ ਰਿਹਾ ਆ, ਆਪਣੀ ਕੌਂਸ਼ੀਅਸ ਦੇ ਲੈਵਲ 'ਤੇ ਮੈਂ ਠੀਕ ਰਹਿਣਾ ਆ। ਅੱਛਾ, ਇਹ ਵੀ ਚੀਜ਼ ਤੰਗ ਕਰਦੀ ਹੈ, ਪਰ ਜੇ ਇਸ ਨੂੰ ਇੱਕ ਹੋਰ ਵੇ ਨਾਲ ਆਪਾਂ ਚੇਂਜ ਕਰ ਲਈਏ, ਭਾਉ ਪ੍ਰੀਤ ਪਿਆਰ, ਵੀ ਮੇਰਾ ਕਿਸੇ ਨਾਲ ਪਿਆਰ ਆ, ਪ੍ਰੀਤ ਆ, ਸਾਂਝ ਆ, ਅਤੇ ਉਹ ਨਾ ਟੁੱਟ ਜਾਏ। ਇੱਥੇ ਬਾਬਾ ਜੀ ਨੇ ਉਹਦੀ ਗੱਲ ਕੀਤੀ, ਗਾਵੀਐ ਸੁਣੀਐ ਮਨ ਰੱਖੀਐ, ਇੱਕ ਵਾਹਿਗੁਰੂ ਦਾ ਅਹਿਸਾਸ ਰੱਖਣਾ, ਉਹਨੂੰ ਅੰਗ ਸੰਗ ਮਹਿਸੂਸ ਕਰਨਾ, ਇਹ ਦੇਖਣਾ ਉਹਦੇ ਪ੍ਰਤੀ ਮੈਂ ਅਕਾਊਂਟੇਬਲ ਹੈਗਾ ਹਾਂ, ਅਤੇ ਇਸ ਨੂੰ ਜ਼ਮੀਰ ਦੇ ਲੈਵਲ 'ਤੇ ਦੇਖਣਾ। ਦੁੱਖ ਪਰ ਹਰ ਸੁੱਖ ਘਰ ਲੈ ਜਾਏ, ਫਿਰ ਸਾਡੇ ਜੀਵਨ ਦੇ ਦੁੱਖ ਆਪਣੇ ਆਪ ਸਾਨੂੰ ਪਰ ਹਰ ਅਸੀਂ ਤੁਹਾਨੂੰ ਤਿਆਗ ਦਿਆਂਗੇ। ਹੋਰ ਇਹਨੂੰ ਸਰਲ ਕਰਨ ਦੀ ਕੋਸ਼ਿਸ਼ ਕਰੀਏ। ਦੇਖੋ, ਜਿਹੜੀ ਚੀਜ਼ ਹੈ ਫੀਲ ਕਰਨ 'ਤੇ ਖੜੀ ਹੈ। ਜੇ ਆਪਾਂ
ਡਿਸਕ੍ਰਿਪਸ਼ਨ ਸਹੀ ਰੂਪ ਡਿਸਕ੍ਰਾਈਬ ਕਰਦੀ ਹੈ ਨਾ, ਜਿਵੇਂ ਗਰਮੀ ਹੈ, ਆਪਾਂ ਹੁਣ ਫੀਲ ਕਰਦੇ ਹਾਂ ਇਸਨੂੰ। ਜੇ ਸਪੋਜ਼ ਤੁਸੀਂ ਇਸ ਗਰਮੀ ਦੇ ਉੱਤੇ ਥੋੜ੍ਹੀ ਜਿਹੀ ਹਾਏ ਤੋਬਾ ਮਚਾ ਦਿਓ, ਯਕੀਨਨ ਤੌਰ 'ਤੇ ਫਿਜ਼ੀਕਲੀ ਜ਼ਿਆਦਾ ਫੀਲ ਕਰੋਗੇ। ਜੇ ਇਸੇ ਗਰਮੀ ਦੇ ਉੱਤੇ ਥੋੜ੍ਹੀ ਜਿਹੀ ਡਿਸਕ੍ਰਿਪਸ਼ਨ ਆ ਜਾਏ ਵੀ ਇਹ ਦੇਖੀਏ ਕੰਪੈਰੀਟਿਵਲੀ ਅਤੇ ਜਿਨ੍ਹਾਂ ਮਵਾਲਿਕ 'ਚੋਂ ਅਸੀਂ ਆਏ ਹਾਂ ਉਹਦੇ ਮੁਕਾਬਲੇ 'ਤੇ ਨੇੜੇ ਤੇੜੇ ਵੀ ਨਹੀਂ ਹੈ, ਨੰਬਰ ਇੱਕ। ਨੰਬਰ ਦੋ ਦੇ ਉੱਤੇ ਜਿਹੜਾ ਸਾਡਾ ਫਿਜ਼ੀਕਲ ਸਟਰਕਚਰ ਬਣਿਆ ਆ ਇਹਦੀ ਡੀਹਾਈਡਰੇਸ਼ਨ ਨਹੀਂ ਹੋਣੀ ਚਾਹੀਦੀ, ਪਾਣੀ ਦੀ ਕਮੀ ਨਾ ਹੋਏ ਇਸਨੂੰ ਇਸ ਤਰੀਕੇ ਨਾਲ, ਇਹਨੂੰ ਕੋਈ ਇਸ ਤਰੀਕੇ ਲੈਕ ਆਫ ਆਕਸੀਜਨ ਨਾ ਹੋਏ, ਜਿਹੜਾ ਹਵਾ ਦਾ ਪੱਧਰ ਆ ਉਹ ਸਹੀ ਮਿਲਦਾ ਰਹੇ। ਅਦਰਵਾਈਜ਼ ਬੋਡੀ 'ਚ ਤਾਂ ਬੜੀ ਐਬਿਲਿਟੀ ਹੈ, ਲੋਕ ਤਾਂ ਵਿਚਾਰੇ ਇੱਥੇ ਕਿੰਨਾ ਕਿੰਨਾ ਪੇ ਕਰਕੇ ਇੱਥੇ ਸੋਨਾ ਬਾਥ ਲੈਣ ਅਤੇ ਪਤਾ ਨਹੀਂ ਕੀ ਕੁਛ ਕਰਨ ਵਾਸਤੇ ਜਾ ਰਹੇ ਨੇ, ਮੇਰੇ ਵਰਗੇ ਦੀ ਅਫੋਰਡੇਬਿਲਿਟੀ ਨੇ ਅਤੇ ਕੁਦਰਤ ਨੇ ਮੈਨੂੰ ਕਿਹਾ ਵੀ ਚੱਲ ਤੂੰ ਵੀ ਇੰਜੋਏ ਕਰ ਲੈ ਥੋੜ੍ਹੇ ਦਿਨਾਂ ਲਈ। ਵੰਸ ਆਈ ਹੈਵ ਦਿਸ ਕਾਇੰਡ ਆਫ ਇੰਟਰਪ੍ਰਿਟੇਸ਼ਨ ਟੂਵਰਡ ਦਿਸ ਹੋਟ ਵੈਦਰ, ਦੈਨ ਡੈਫੀਨੇਟਲੀ ਇਟਸ ਨੋਟ ਗੋਨਾ ਬਗ ਮੀ। ਜਿਹੜਾ ਬਗ ਕਰਨ ਵਾਲਾ ਪਾਰਟ ਸੀਗਾ ਨਾ ਉਹਨੂੰ ਮੈਂ ਪਰਹਰ ਕਰ ਦਿੱਤਾ, ਆਈ ਐਲੀਮੀਨੇਟ ਇਟ, ਵਿਚ ਵਾਜ਼ ਮਾਈ ਵਿਚ ਵਿਚ ਮਾਈਟ ਹੈਵ ਬੋਦਰਡ ਮੀ ਅਰਲੀਅਰ, ਬਟ ਨਾਓ ਬਿਕੋਜ਼ ਆਈ ਹੈਵ ਡਿਸਕ੍ਰਾਈਬਡ ਇਟ ਟੂਵਰਡ ਮਾਈ ਸੈਲਫ, ਆਪਣੇ ਆਪ ਦੇ ਬਾਰੇ ਮੈਂ ਡਿਸਕ੍ਰਾਈਬ ਕਰ ਲਿਆ, ਇੱਥੋਂ ਫਿਰ ਪਰਹਰ ਹੋ ਗਿਆ। ਧਰਤੀ ਦੇ ਉੱਤੇ ਕੋਈ ਵੀ ਸਿਚੁਏਸ਼ਨ ਆਈਡੀਅਲ ਸਿਚੁਏਸ਼ਨ ਨਹੀਂ ਹੈ ਬੰਦੇ ਦੇ ਕੋਲ, ਮਤਲਬ ਕਿਸੇ ਲੈਵਲ 'ਤੇ ਵੀ ਲੈ ਲਓ। ਮੇਰੇ ਕੋਲ ਵਧੀਆ ਮਕਾਨ ਆ, ਅਤੇ ਵਧੀਆ ਮਕਾਨ ਉਦੋਂ ਤੱਕ ਹੀ ਵਧੀਆ ਆ ਜਦੋਂ ਤੱਕ ਮੈਨੂੰ ਉਸ ਤੋਂ ਵਧੀਆ ਕੋਈ ਨਜ਼ਰ ਨਹੀਂ ਆਇਆ। ਜਿੱਦਣ ਕਿਸੇ ਦਾ ਵਧੀਆ ਉਸ ਤੋਂ ਵੱਧ ਵੇਖਾਇਆ ਉਸ ਦਿਨ ਆਪਣੇ ਵਾਲਾ ਘੱਟ ਲੱਗਣ ਲੱਗ ਜਾਣਾ, ਨਹੀਂ ਥੋੜ੍ਹਾ ਜਿਹਾ ਤਾਂ ਹੈ ਇਹ ਨਾ, ਆਹ ਚੀਜ਼ ਇਹਦੇ 'ਚ ਲੈਕ ਕਰਦੀ ਹੈ। ਇਹ ਹੈ ਸਭ ਤੋਂ ਵੱਡੀ ਚੀਜ਼ ਆਪਣੀ ਫਿਜ਼ੀਕਲ ਸਟਰਕਚਰ ਦੇ ਬਾਬਤ। ਮਤਲਬ ਨੌਰਥ ਅਮੈਰੀਕਾ 'ਚ ਸਟੱਡੀ ਬਾਏ ਸਟੱਡੀ ਆ ਰਹੀ ਹੈ ਲੋਕ ਆਪਣੀ ਫਿਜ਼ੀਕਲ ਲੁੱਕ ਤੋਂ ਖੁਸ਼ ਨਹੀਂ ਹੈਗੇ। ਜਿਤਨਾ ਜ਼ਿਆਦਾ ਇੱਥੇ ਕੋਸਮੈਟਿਕ ਦਾ ਸਟੱਫ ਵਿਕ ਰਿਹਾ, ਸੋਰੀ ਬਾਤ ਥੋੜ੍ਹੀ ਲੰਮੀ ਹੋ ਜਾਵੇਗੀ, ਟੂਕ ਮੰਤਰੀ ਬੇਨਤੀ ਕਰ ਦਿੰਦਾ, ਅਸੀਂ ਉਸ ਦੌਰੇ 'ਚੋਂ ਲੰਘ ਰਹੇ ਹਾਂ ਜਿਹਦੇ ਵਿੱਚ ਐਲਰਜੀ, ਮਤਲਬ ਬੱਚਿਆਂ ਨੂੰ ਤੁਸੀਂ ਦੇਖੋ ਜਨਮ ਜਾਤ 10 ਵਿੱਚੋਂ 7 ਬੱਚੇ ਕਿਸੇ ਨਾ ਕਿਸੇ ਐਲਰਜੀ ਨਾਲ ਜਨਮ ਲੈ ਰਹੇ ਹਨ। ਹੁਣ ਮਤਲਬ ਜਿਹਨੂੰ ਅਸੀਂ ਸਿੱਧੇ ਤੌਰ 'ਤੇ ਕਹਿੰਦੇ ਵੀ ਇਸ ਚੀਜ਼ ਤੋਂ ਐਲਰਜੀ, ਇਸ ਚੀਜ਼ ਤੋਂ ਐਲਰਜੀ ਹੈ, ਇਨਟੋਲਰੈਂਸ ਆ, ਬੋਡੀ ਟੋਲਰੇਟ ਨਹੀਂ ਕਰਦੀ। ਹੁਣ ਨਟ ਐਲਰਜੀ ਦੀ ਗੱਲ ਕਰੀਏ, ਇਨਟੋਲਰੈਂਸ ਆ। ਤੁਸੀਂ ਗਲੂਟਨ ਦੀ ਗੱਲ ਕਰੋ, ਇਨਟੋਲਰੈਂਸ ਆ। ਹੁਣ ਮਤਲਬ ਇਸ ਰੂਪ ਦੇ ਵਿੱਚ, ਅੱਛਾ ਐਗਜ਼ੀਮਾ ਦੀ ਗੱਲ ਕਰੋ, ਮੈਂ ਕਾਉਂਸਲਿੰਗ 'ਚ ਕੰਮ ਕਰਦਾ, ਸੋਰੀ ਫਾਰ ਦੈਟ, ਸਾਡੇ ਵਾਸਤੇ ਇੱਕ ਵੱਡਾ ਪੱਖ ਹੋਰ ਖੁੱਲ੍ਹ ਗਿਆ ਸਾਡੀ ਸਟੱਡੀ ਦੇ 'ਚ, ਬੜੀ ਜਲਦੀ ਸਾਨੂੰ ਇਨਕਲੂਡ ਕਰਨਾ ਪੈਣਾ ਐਗਜ਼ੀਮਾ ਦੇ ਉੱਤੇ ਪੂਰੀ ਤਰ੍ਹਾਂ। ਅਦਰਵਾਈਜ਼ ਅੱਜ ਤੋਂ, ਮਤਲਬ ਬਹੁਤ ਹੀ ਮੈਂ ਐਂਸ਼ੀਅੰਟ ਟਾਈਮ ਦੀ ਗੱਲ ਨਹੀਂ ਕਰ ਰਿਹਾ, ਆਈ ਐਮ ਟਾਕਿੰਗ ਜਸਟ 15 ਈਅਰ ਅਗੋ, ਵੈਨ ਆਈ ਵਾਜ਼ ਇਨ ਯੂਨੀਵਰਸਿਟੀ 15 ਈਅਰ ਅਗੋ, ਦੈਟ ਟਾਈਮ ਦੇਰ ਵਾਜ਼ਨਟ ਦਿਸ ਕਾਇੰਡ ਆਫ ਥਿੰਗ ਐਟ ਆਲ। OCD ਦੇ ਕੁਝ ਮੋਜੂਅਲਸ ਦੇ ਵਿੱਚ ਉਹਨਾਂ ਨੇ ਐਡ ਕੀਤਾ ਸੀ ਐਗਜ਼ੀਮਾ ਨੂੰ, ਉਸ ਤੋਂ ਬਿਨਾਂ ਨਹੀਂ। ਹੁਣ ਹਰ ਤਰੀਕੇ ਨਾਲ ਸਟ੍ਰੈਸ, ਐਨਗਜ਼ਾਇਟੀ, ਡਿਪਰੈਸ਼ਨ, ਹਰ ਇੱਕ ਦੇ ਵਿੱਚ ਇੱਕ ਪੂਰੇ ਦਾ ਪੂਰਾ ਐਗਜ਼ੀਮਾ, ਬੰਦਾ ਆਪਣੀ ਬੋਡੀ ਨੂੰ ਚੀਚੀ ਕਰੀ ਜਾਂਦਾ। ਹੁਣ ਇੱਥੋਂ ਪਤਾ ਲੱਗ ਰਿਹਾ ਕਿ ਇਹ ਕਿਸ ਪੱਧਰ 'ਤੇ ਆ ਰਹੀ ਹੈ ਚੀਜ਼, ਜਿਸ ਧਿਆਨ ਨਾਲ ਦੇਖੋਗੇ ਅਤੇ ਇਹਦੇ 'ਚ ਮਲਟੀਪਲ ਫੈਕਟਰਸ ਨੇ। ਜਿਹੜਾ ਇੱਕ ਵੱਡਾ ਫੈਕਟਰ ਆ ਰਿਹਾ ਉਹ ਆ ਰਿਹਾ ਕਿ ਜਿਹੜਾ ਇਤਨਾ ਜ਼ਿਆਦਾ ਓਵਰ ਯੂਜ਼ ਹੋ ਗਿਆ ਕੋਸਮੈਟਿਕ ਦਾ, ਐਡੀ ਵੱਡੀ ਇੰਡਸਟਰੀ ਹੈ ਕਿ ਲਹਿ ਰੱਬ ਦਾ ਨਾ ਬੰਦੇ ਨੂੰ ਆਪਣੀ ਸ਼ਕਲ ਨਹੀਂ ਚੰਗੀ ਲੱਗਦੀ, ਰੰਗ ਨਹੀਂ ਚੰਗਾ ਲੱਗਦਾ, ਦਿੱਖ ਨਹੀਂ ਚੰਗੀ ਲੱਗਦੀ, ਇੱਕ ਤੋਂ ਬਾਅਦ ਇੱਕ ਆਹ ਪ੍ਰੋਡਕਟ ਆਹ ਪ੍ਰੋਡਕਟ ਆ, ਇਹ ਸਾਰਾ ਕੁਛ ਕਰ ਕਰਕੇ ਅਤੇ ਦੁੱਖ ਤਾਂ ਸੋਚਣ 'ਚ ਆਈ ਜਾਂਦਾ ਵੀ ਨਹੀਂ ਮੈਂ ਠੀਕ ਨਹੀਂ, ਮੈਂ ਇਸ ਤਰ੍ਹਾਂ ਲੁੱਕ ਨਹੀਂ ਠੀਕ, ਮੈਂ ਫੀਲ ਠੀਕ ਨਹੀਂ ਕਰਦਾ, ਆਹੀ ਦੁੱਖ ਸਟੇਟ ਆਫ ਮਾਇੰਡ ਹੈ।
ਪਰ ਹਰ ਕਿਵੇਂ ਤਿਆਗੋਗੇ ਜਦੋਂ ਕਿਤੇ ਵੱਡੇ ਭਾਵ ਵਿੱਚ ਵਾਹਿਗੁਰੂ ਦੇ ਆ ਜਾਓਗੇ, ਫਿਰ ਹਰ ਚੀਜ਼ ਬੜੇ ਸੱਚ ਦੇ ਨੇੜੇ ਜਾ ਕੇ ਰਿਐਲਿਟੀ ਨੂੰ ਪਰਸੀਵ ਕਰੋਗੇ, ਰਿਐਲਿਟੀ ਵਿੱਚ ਲਿਵ ਕਰੋਗੇ। ਸੱਚ ਤੋਂ ਵਧੀਆ ਧਰਤੀ 'ਤੇ ਕੋਈ ਨਸ਼ਾ ਨਹੀਂ ਹੈ, ਸੱਚ ਤੋਂ ਵਧੀਆ ਧਰਤੀ ਦੇ ਉੱਤੇ ਕੋਈ ਫੀਲਿੰਗ ਨਹੀਂ ਹੈ। ਜਦੋਂ ਮੈਂ ਆਪਣੇ ਸੱਚ ਨੂੰ ਸਹੀ ਰੂਪ ਵਿੱਚ ਮਹਿਸੂਸ ਕਰਨਾ ਸ਼ੁਰੂ ਕਰ ਦਿਆਂ, ਇੱਕ ਇਗਜ਼ਾਮਪਲ ਦੇ ਦਿੰਦਾ ਵਾਂ, ਫਿਰ ਅਗਲੇ ਬਚਨ 'ਤੇ ਆ ਜਾਂਦਾ। ਸਾਡੇ ਇੱਥੇ ਸਟੇਟਸ ਵਿੱਚ ਇੱਕ ਫੈਮਿਲੀ, ਅਤੇ ਉਹ ਬੀਬੀ ਜੀ, ਉਹਨਾਂ ਦੇ ਹਾਰਟ ਦਾ ਇਸ਼ੂ ਚੱਲ ਰਿਹਾ ਸੀਗਾ। ਪਹਿਲਾਂ ਉਹਨਾਂ ਨੂੰ ਪੇਸਮੇਕਰ ਪਾਇਆ ਗਿਆ, ਫਿਰ ਉਸ ਤੋਂ ਬਾਅਦ ਕੁਝ ਹੋਰ ਉਹਨਾਂ ਨੇ ਚੇਂਜਸ ਕੀਤੇ। ਕਰਦਿਆਂ ਕਰਦਿਆਂ ਸਭ ਕੁਝ ਕਰਕੇ ਵੇਖ ਲਿਆ, ਹਾਲਤ ਇਹ ਬਣ ਗਈ ਕਿ ਜਿਹੜੀ ਉਹਨਾਂ ਦੀ ਹਾਰਟ ਬੀਟ ਆ, ਦੈਟ ਵਾਜ਼ ਆਊਟ ਆਫ ਕੰਟਰੋਲ, ਟੋਟਲ ਆਊਟ ਆਫ ਕੰਟਰੋਲ। ਮਤਲਬ ਬੰਦਾ ਉਹਨਾਂ ਤੋਂ 10 ਮੀਟਰ ਦੂਰ ਬੈਠਾ ਹੋਇਆ ਉਹਨਾਂ ਦੀ ਹਾਰਟ ਬੀਟ ਫੀਲ ਕਰ ਸਕਦਾ, ਬਾਡੀ 'ਚ ਹਾਲਤ ਬਣੇਗੀ। ਮੈਡੀਕਲ ਪ੍ਰੋਫੈਸ਼ਨਲਸ ਕਹਿਣ ਨਾ ਇਹਦੀ ਕੋਈ ਮਤਲਬ ਇਸ ਤਰੀਕੇ ਦੀ ਕਹਿ ਲਓ ਕਿ ਫੈਮਿਲੀ ਹਿਸਟਰੀ ਹੈ, ਨਾ ਕੋਈ ਡਾਇਰੈਕਟ ਕੋਈ ਇਸ਼ੂ ਲੱਗ ਰਿਹਾ ਇਹਦੇ ਵਿੱਚ। ਨੰਬਰ 3 ਦੇ ਉੱਤੇ ਸਾਡੀ ਸਾਰੀ ਮੈਡੀਕਲ ਸਾਇੰਸ ਫੇਲ ਹੋ ਗਈ। ਹਾਓ ਕਮ ਦਿਸ ਇਜ਼ ਟੋਟਲੀ, ਉਹਨਾਂ ਨੂੰ ਲੱਗੇ ਵੀ ਇਹ ਬਾਤ ਕੀ ਬਣੀ ਹੈ। ਖੈਰ ਉਹ ਬਹੁਤ ਜ਼ਿਆਦਾ ਜਦੋਂ ਇਸ ਤਰੀਕੇ ਨਾਲ ਉਹਨਾਂ ਨੂੰ ਲੱਗਾ, ਜਿਹੜੇ ਕਾਰਡੀਅਲ ਸਪੈਸ਼ਲਿਸਟ ਸੀਗੇ, ਕਾਰਡੀਓਲੋਜਿਸਟ ਸੀਗੇ, ਸਮਹਾਉ ਕੀ ਹੋਇਆ ਕਿ ਉਹਨਾਂ ਨੇ ਆਪਣੀ ਵਾਰਡ ਦੇ ਵਿੱਚ ਉਹਨਾਂ ਦੇ ਸਾਈਕੋਲੋਜਿਸਟ ਆਇਆ ਸੀਗਾ, ਅਤੇ ਉਹਦੇ ਨਾਲ ਕਿਤੇ ਗੱਲ ਕਰਨ ਲੱਗੇ। ਉਹ ਕਹਿੰਦਾ ਵੀ ਇਫ ਯੂ ਗਾਇਜ਼ ਡੋਂਟ ਮਾਇੰਡ, ਕੈਨ ਆਈ ਟਾਕ ਟੂ ਹਰ? ਉਹ ਕਹਿੰਦੇ ਸ਼ੋਰ। ਉਹਨੇ ਗੱਲ ਕੀਤੀ 2 ਮਿੰਟ, ਅਤੇ 2 ਮਿੰਟ ਬਾਅਦ ਉਹਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ 2-3 ਘੰਟੇ ਦਿਓ, ਆਈ ਕੈਨ ਫਾਇੰਡ ਆਊਟ। ਇਹ ਫਿਜ਼ੀਕਲ ਇਸ਼ੂ ਨਹੀਂ ਹੈਗਾ। ਉਹ ਜਦੋਂ ਗੱਲਬਾਤ ਹੋਈ, ਕਿਉਂਕਿ ਟ੍ਰੇਨਿੰਗ ਇਸ ਤਰ੍ਹਾਂ ਦੀ ਹੁੰਦੀ ਹੈ, ਅਤੇ ਉਹ ਗੱਲ ਬਾਹਰ ਆ ਗਈ। ਬਾਹਰ ਆ ਗਈ ਅਤੇ ਉਹ ਕਹਿਣ ਲੱਗੀ ਵੀ ਆਹ ਇੱਕ ਚੀਜ਼ ਆ, ਕਿਉਂਕਿ ਸੱਚ ਹੈ ਅਤੇ ਸੱਚ ਲੁਕੋਇਆ ਆ ਫੈਮਿਲੀ ਦੇ ਵਿੱਚ, ਤੂੰ ਇਕੱਲਾ ਮੈਨੂੰ ਪਤਾ, ਅਤੇ ਆਈ ਕੈਨ ਨੋਟ ਰਿਵੀਲ ਇਟ। ਉਹ ਕਹਿੰਦਾ ਵੀ ਪ੍ਰੋਫੈਸ਼ਨਲ ਕਹਿਣ ਲੱਗੇ ਵੀ ਤੈਨੂੰ ਰਿਵੀਲ ਕਰਨਾ ਪੈ ਗਿਆ ਇਸ ਤੋਂ ਬਿਨਾਂ, ਅਤੇ ਕਿਉਂਕਿ ਤੇਰੇ ਅੰਦਰ ਤੇਰੀ ਕੌਨਸ਼ੀਅਸ ਤੈਨੂੰ ਮਾਰ ਰਹੀ। ਉਹ ਕਹਿੰਦੀ ਆਈ ਕੈਨ ਨੋਟ, ਇਫ ਆਈ ਓਪਨ ਇਟ ਐਵਰੀਥਿੰਗ ਗੋਨਾ ਬੀ ਡਿਸਟਰੋਇਡ। ਉਹ ਕਹਿੰਦੇ ਉਹਨੇ ਕਿਹਾ ਵਟ ਆਰ ਯੂ ਥਿੰਕਿੰਗ, ਯੂ ਗੋਨਾ ਡਾਈ ਵਿਦ ਇਟ? ਕਹਿੰਦੇ ਓਕੇ ਆਈ ਵਿਲ ਡਾਈ ਵਿਦ ਦੈਟ। ਕਹਿੰਦੇ ਦੈਨ ਯੂ ਗੋਨਾ, ਯੂ ਥਿੰਕ ਦੈਟ ਐਵਰੀਥਿੰਗ ਇਜ਼ ਗੋਨਾ ਬੀ ਨੋਟ ਡਿਸਟਰੋਇਡ? ਕੁਛ ਵੀ ਨਹੀਂ, ਧਰਤੀ 'ਤੇ ਸਦੀਵ ਕਾਲੀ ਰਹਿਣ ਵਾਲਾ, ਸਭ ਕਾਸੇ ਨੇ ਮੁੱਕ ਜਾਣਾ, ਤੂੰ ਮੁੱਕ ਹੀ ਜਾਣਾ ਨਾ। ਕਹਿੰਦੀ ਮੈਂ ਤਾਂ ਖੁਦ ਜੇ ਮੈਂ ਇਹ ਗੱਲ ਕਹਿਤੀ ਤਾਂ ਮੌਤ ਹੋ ਜਾਏਗੀ। ਉਹਨੇ ਕਨਵਿੰਸ ਕੀਤਾ, ਮੈਂ ਤੇਰੇ ਕੋਲ ਬੈਠਾਂਗੀ, ਜਸਟ ਸੇ ਆਊਟ ਲਾਊਡ ਫਰੋਮ ਯੂਰ ਓਨ ਮਾਊਥ। ਉਹਨਾਂ ਦੇ ਲਾਈਫ ਪਾਰਟਨਰ ਨੂੰ ਬੁਲਾਇਆ, ਕੋਲ ਬਿਠਾਇਆ, ਉਹਨਾਂ ਨੇ ਮੂੰਹੋਂ ਗੱਲ ਕਹੀ। ਆਪ ਹੈਰਾਨ ਹੋਵੋਗੇ, ਉਹਨੇ ਇੱਧਰੋਂ ਮੂੰਹ 'ਚੋਂ ਗੱਲ ਕੀਤੀ, ਉੱਧਰ ਰਾਈਟ ਵੇ ਬਾਡੀ ਕਾਮ ਹੋ ਗਈ। ਲੈਸ ਦੈਨ 2 ਆਵਰਸ ਦੇ ਵਿੱਚ ਉਹ ਕਹਿੰਦੇ ਇਹ ਜਿਹੜਾ ਪਹਿਲਾ ਪੇਸਮੇਕਰ ਪਾਇਆ ਸੀਗਾ ਉਹੀ ਐਨਫ ਸੀਗਾ, ਹੋਰ ਦੀ ਲੋੜ ਹੀ ਨਹੀਂ। ਦੈਟ ਸਫੀਸ਼ੀਐਂਟ, ਐਵਰੀਥਿੰਗ ਇਜ਼ ਫਾਈਨ। ਵਾਈ? ਬਿਕੋਜ਼ ਇੱਕ ਡਰ ਸੀਗਾ, ਪਤਾ ਨਹੀਂ ਕੀ ਹੋ ਜਾਏਗਾ, ਡਰ ਨੂੰ ਫੀਲ ਕਰ ਲਿਆ ਹੁਣ ਸਹੀ ਤਰੀਕੇ ਨਾਲ, ਸੱਚ 'ਚ ਆ ਗਈ। ਉਹ ਮੈਨੂੰ ਬਾਅਦ 'ਚ ਸਾਰੀ ਗੱਲ ਫੈਮਿਲੀ ਵੱਲੋਂ ਆਈ ਸਾਰੀ ਮੇਰੇ ਕੋਲ, ਅਤੇ ਮੁੜ ਕੇ ਇੱਕ ਦਿਨ ਨਿਕਲਿਆ, ਨੈਕਸਟ ਡੇ ਡਾਕਟਰ ਨੂੰ ਕਹਿੰਦੀ ਮੈਂ ਉਸ ਕਾਉਂਸਲਰ ਨੂੰ ਦੁਬਾਰਾ ਫਿਰ ਦੇਖਣਾ, ਅਤੇ ਕਾਉਂਸਲਰ ਵਿਚਾਰੀ ਆਈ ਤੂੰ ਬਹੁਤ ਡਰੀ ਹੋਈ। ਉਹਨੂੰ ਲੱਗੇ ਵੀ ਇਹਨੇ ਕਹਿਣਾ ਵੀ ਤੂੰ ਤਾਂ ਮੇਰਾ ਸਭ ਕੁਛ ਹੀ ਖਰਾਬ ਕਰਤਾ ਇਸ ਤਰੀਕੇ ਨਾਲ, ਤੂੰ ਗੜਬੜ ਹੋ ਗਈ। ਤੂੰ ਆਈ ਤੁਹਾਨੂੰ ਕਹਿੰਦੀ ਥੈਂਕ ਯੂ, ਐਟਲੀਸਟ
ਆਈ ਡੋਂਟ ਹੈਵ ਐਨੀ ਵੇਟ ਔਨ ਮਾਈ ਕੌਨਸ਼ੀਅਸ ਐਨੀ ਮੋਰ। ਦੁੱਖ ਪਰ ਹਰ, ਹਾਂ ਬੜਾ ਵੱਡਾ ਪਰਿਵਾਰ 'ਚ ਪ੍ਰੋਬਲਮ ਆਈ, ਸਭ ਚੀਜ਼ਾਂ ਹੋਈਆਂ, ਕੁਛ ਚੀਜ਼ਾਂ ਉਸ ਰੂਪ 'ਚ, ਪਰ ਡੀਪ ਐਂਡ 'ਤੇ ਮੈਂ ਖੁਦ ਇੰਟਰਵੀਨ ਕੀਤਾ ਫੈਮਿਲੀ ਦੇ ਵਿੱਚ, ਕੁਝ ਹੋਰ ਇੰਟਰਵੈਂਸ਼ਨ ਹੋਈ। 2 ਸਾਲਾਂ 'ਚ ਸਿਚੁਏਸ਼ਨ ਸਾਰਿਆਂ ਨੂੰ ਸਮਝ ਆਉਣੀ ਸ਼ੁਰੂ ਹੋ ਗਈ, ਪਰ ਉਸ ਤੋਂ ਬਾਅਦ ਉਸ ਸ਼ਖਸ ਦੀ ਜਿਹੜੀ ਕਹਿ ਲਓ ਕਿ ਉਹਦੀ ਉਹਦਾ ਜਿਹੜਾ ਅਪਰੋਚ ਸੀ ਲਾਈਫ ਦੇ ਬਾਰੇ, ਉਹ ਟੋਟਲੀ ਬਦਲਦੀ ਸ਼ੁਰੂ ਹੋ ਗਈ। ਬਸ ਆ ਤੁਸੀਂ ਜਿਹਨੇ ਜਦੋਂ ਡਰ ਰਹੇ ਹੋ, ਜਦੋਂ ਰੱਬ ਦੇ ਭੈ ਵਿੱਚ ਉੱਥੇ ਪ੍ਰੇਮ ਵਿੱਚ ਆ ਜਾਓਗੇ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇੱਥੋਂ ਤੱਕ ਆਪਾਂ ਨਾਲ, ਆਪਾਂ ਡਿਫਰੈਂਟ ਐਂਗਲ ਤੋਂ ਅੱਜ ਗੱਲ ਲੈ ਆਉਂਦੀ, ਕੋਈ ਗੱਲ ਦੂਸਰੇ ਲੈਵਲ 'ਤੇ ਸੀਗੀ, ਠੀਕ ਹੈ। ਜੇ ਦੀ ਲਿਟਰਲੀ ਟਰਾਂਸਲੇਸ਼ਨ ਦੇਖਣੀ ਹੈਗੀ ਹੈ, ਇਫ ਯੂ ਵਾਂਟ ਸੱਚ ਵੀ ਕੈਨ ਟੇਕ ਪਿਕਚਰ, ਈਵਨ ਬਾਅਦ ਦੇ ਵਿੱਚ ਵੀ ਜਦੋਂ ਕਿਤੇ ਪਾਠ ਕਰਦੇ ਹਾਂ ਲੱਗੇ ਵੀ ਪੰਕਤੀ ਦੇ ਮਾਇਨੇ ਕੀ ਬਣਦੇ ਨੇ, ਯੂ ਕੈਨ ਈਜ਼ੀਲੀ ਐਕਚੁਲੀ ਰੀਕਾਲ ਦੀਜ਼ ਵਰਡਸ। ਸੋ ਲੈਟਸ ਰਿਸਾਈਟ, ਲਿਸਨ, ਕੀਪ ਵਾਹਿਗੁਰੂ ਡਿਵੋਸ਼ਨਲ ਲਵ ਇਨ ਆਵਰ ਮਾਇੰਡ ਐਂਡ ਹਾਰਟਸ। ਦੋਜ਼ ਹੂ ਡੂ ਦੈਟ ਗੈਟ ਦੇਅਰ ਸਫਰਿੰਗ ਐਲੀਮੀਨੇਟਡ ਐਂਡ ਹਾਰਟਸ ਫਿਲਡ ਵਿਦ ਜੋਏ ਔਰ ਪਲੈਸ਼ਰ ਇਨ ਏ ਵੇ। ਹੁਣ ਆ ਜਾਈਏ ਇਹਨਾਂ ਸਤਰਾਂ 'ਤੇ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਜਿਹੜਾ ਟਿੱਪੀ ਦਾ ਉਚਾਰਨ ਹੈ, ਅੰਗ ਦਾ ਉਚਾਰਨ ਹੈ, ਜਿਵੇਂ ਆਪਾਂ ਇੱਕ ਓਅੰਕਾਰ ਦੇ ਰੂਪ ਵਿੱਚ ਵੀ ਦੇਖਿਆ ਸੀ, ਅੰਗ ਸੈਭੰ, ਇਸ ਤਰੀਕੇ ਨਾਲ ਇਹ ਥੋੜ੍ਹਾ ਜਿਹਾ ਟ੍ਰਿਕੀ ਹੁੰਦਾ। ਜੋ ਅਸੀਂ ਜੇ ਤੁਸੀਂ ਜ਼ਿਆਦਾ ਮਤਲਬ ਬਾਣੀ ਦਾ ਪਾਠ ਅੱਗੇ ਜਾ ਕੇ ਕਰੋਗੇ ਥੋੜ੍ਹਾ, ਜਾਂ ਸਹਿਜ ਪਾਠ ਕਰਦੇ ਹੋ ਅਤੇ ਅਸੀਂ ਸ਼ਬਦ ਪੜ੍ਹਦੇ ਹਾਂ, ਬਹੁਤ ਸਾਰੇ ਸ਼ਬਦ ਮੈਂ ਇੱਕ ਦੋ ਕਹਿ ਦਿੰਦਾ ਵਾਂ, ਜਿਵੇਂ ਆਪਾਂ ਪੜ੍ਹਦੇ ਹਾਂ, ਹਰਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈਂ। ਜਿਹਨਾਂ ਨੂੰ ਯਾਦ ਹੋਏ ਸ਼ਬਦ ਉੱਚੀ ਪੜ੍ਹ ਸਕਦੇ ਮੇਰੇ ਨਾਲ, ਹਰਕਾ ਨਾਮ ਨਾ ਜਪਸ ਗਵਾਰਾ ਬਾਬਾ ਕਬੀਰ ਸਿੰਘ ਸ਼ਬਦ ਕਿਆ ਸੋਚੈਂ, ਉੱਚੀ ਬੋਲੋ ਥੋੜ੍ਹਾ। ਹਾਂ, ਥੈਂਕ ਯੂ। ਆਪਾਂ ਉਸਨੂੰ ਬੋਸਲੀ ਕਹਿੰਦੇ ਹਾਂ ਬਾਰਮ ਬਾਰਾ, ਐਕਚੁਲੀ ਹੈਗੀ ਟਿੱਪੀ ਉਹਦੇ ਉੱਤੇ, ਉਹਦਾ ਸਹੀ ਪ੍ਰੋਨਾਉਂਸੀਏਸ਼ਨ ਬਾਰੰਗ ਬਣੇਗਾ, ਬਾਰਮ ਨਹੀਂ ਬਣੇਗਾ, ਕਿਉਂਕਿ ਟਿੱਪੀ ਸਾਡੇ ਘਰ ਦੇ ਵਿੱਚ ਅੰਗ ਨਾਲ ਨਹੀਂ ਅੰਗ ਨਾਲ ਜਾਂਦੀ ਹੈ, ਮੀਨਿੰਗ ਉਹੀ ਬਣਨਗੇ। ਜਿਹੜਾ ਉਹ ਹੈ ਬ੍ਰਿਜ ਦਾ ਉਚਾਰਨ। ਜਦੋਂ ਹਿੰਦੀ ਦੇ ਵਿੱਚ ਉਚਾਰਨ ਕਰੋਗੇ ਉਦੋਂ ਉਹ ਉਚਾਰਨ ਕਰੋਗੇ, ਜਦੋਂ ਪ੍ਰਾਕਿਰਤ ਅਤੇ ਪੰਜਾਬੀ 'ਚ ਉਚਾਰਨ ਕਰੋਗੇ ਉਦੋਂ ਅੰਮ ਨਹੀਂ ਅੰਗ ਕਰੋਗੇ, ਕਿਉਂਕਿ ਇਹ ਉਚਾਰਨ ਹੈ। ਇਹੀ ਇਹ ਇੱਕ ਲੈਂਗੁਏਜ ਦੀ ਆਪਣੀ ਗਲੋਰੀ ਹੁੰਦੀ ਹੈ, ਇੱਕ ਆਪਣੀ ਉਹਦੀ ਆਭਾ ਹੁੰਦੀ ਹੈ, ਇੱਕ ਉਹਦਾ ਆਪਣੀ ਇੰਟਿਊਸ਼ਨ ਹੁੰਦੀ ਹੈ, ਇਸ ਨੂੰ ਗ੍ਰਿਪ ਕਰਨਾ ਹੁੰਦਾ ਹੈ। ਸੋ ਇਸੇ ਕਰਕੇ ਕਿਹਾ ਜਾਂਦਾ ਜੇ ਜਪਜੀ ਸਾਹਿਬ ਸ਼ੁੱਧ ਪੜ੍ਹ ਲਓਗੇ, ਬਾਣੀ ਦਾ 90% ਹਿੱਸਾ ਸ਼ੁੱਧ ਹੋ ਜਾਏਗਾ ਆਪਣੇ ਆਪ। ਸੋ ਇੱਕ ਚੀਜ਼ ਆ ਗਈ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਏ। ਅੱਛਾ, ਗੁਰਮੁਖ ਸ਼ਬਦ ਅਸੀਂ ਪਰਸਨੈਲਿਟੀਜ਼ ਲਈ ਯੂਜ਼ ਕਰਦੇ ਹਾਂ, ਜਿਹੜੇ ਗੁਰੂ ਦੇ ਬੜੇ ਕਲੋਜ਼ ਬਾਏ ਹੁੰਦੇ ਨੇ, ਪੀਪਲ ਹੂ ਆਰ ਵੈਰੀ ਕਲੋਜ਼ ਟੂ ਗੁਰੂ ਸਾਹਿਬ, ਔਰ ਯੂ ਕੈਨ ਸੇ ਇਨ ਗੁਰਮਤ ਸਕੂਲ ਆਫ ਥਾਟ ਵੀ ਯੂਜ਼ ਦਿਸ ਸਪੈਸ਼ਲ ਟਰਮਨੋਲੋਜੀ ਫਾਰ ਦੈਮ ਦੈਟ ਦੇ ਆਰ ਗੁਰਮੁਖ, ਉਹ ਗੁਰਮੁਖ ਹੈਗੇ ਨੇ। ਇਸ ਮਾਇਨੇ ਦੇ ਵਿੱਚ ਬਾਣੀ 'ਚ ਵਾਰ ਵਾਰ ਸ਼ਬਦ ਆਇਆ ਹੈ ਗੁਰਮੁਖ, ਪਰ ਜਦੋਂ ਆਪਾਂ ਇੱਥੇ ਪੜ੍ਹ ਰਹੇ ਹਾਂ ਗੁਰਮੁਖ ਨਾਦਨ, ਗੁਰ ਅਤੇ ਮੁੱਖ, ਇਹਦਾ ਮਤਲਬ ਹੈ ਗੁਰੂ ਦੇ ਮੁੱਖ ਜ਼ਰੀਏ, ਗੁਰੂ ਦੇ ਰਾਹੀਂ, ਗੁਰੂ ਦੇ ਜ਼ਰੀਏ। ਸ਼ਬਦ ਨਾਦ ਆਇਆ, ਸਾਊਂਡ ਸ਼ਬਦ, ਸਾਊਂਡ ਆਫ ਗੁਰੂ ਟਰਾਂਸਲੇਸ਼ਨ ਇਹਦੀ ਆਪਾਂ ਕਰਦੇ ਹਾਂ, ਇਸਨੂੰ ਥੋੜ੍ਹਾ ਧਿਆਨ ਨਾਲ ਦੇਖਿਓ ਜੇ। ਨਾਦ ਸ਼ਬਦ ਬਹੁਤ ਪਿਆਰਾ ਆ, ਧਰਤੀ 'ਤੇ ਬੰਦੇ ਦਾ ਖੁਸ਼ੀ ਨੂੰ ਇਜ਼ਹਾਰ ਵਿੱਚ ਲਿਆਉਣਾ,
when I feel very, you can say, out of world or very joyful, that time my approach would be, under, it's very universal approach. ਸਾਰੀ ਦੁਨੀਆ 'ਚ ਇੱਕੋ ਜੀ ਹੈ। ਬੰਦਾ ਦੋ ਕੰਮ ਕਰਦਾ ਖੁਸ਼ੀ ਦੇ ਇਜ਼ਹਾਰ ਲਈ, ਇੱਕ ਤਾਂ ਕਰਦਾ ਹੈ ਬਹੁਤ ਸਾਰੀ ਰੌਸ਼ਨੀ ਕਰਦਾ, ਉਹ ਰੌਸ਼ਨੀ ਕਰੇਗਾ, ਦੀਏ ਲਾਏਗਾ, ਪੱਤੀਆਂ ਜਗਾਏਗਾ, ਲਾਈਟਾਂ ਲਗਾਏਗਾ ਇਸ ਤਰੀਕੇ ਨਾਲ। ਦੂਸਰਾ ਬਹੁਤ ਸਾਰਾ ਮਿਊਜ਼ਿਕ ਵਜਾਏਗਾ ਦੁਨੀਆ ਪੱਧਰ ਦੇ 'ਚ ਖੁਸ਼ੀ ਦੇ ਇਜ਼ਹਾਰ ਦਾ, ਇਤਨਾ ਹੀ ਇਹੀ ਤਰੀਕਾ ਹੈ। ਨਾਦ ਖੁਸ਼ੀ ਦਾ ਪ੍ਰਤੀਕ ਹੈ ਅਤੇ ਇਹ ਨਾਦ ਬਾਹਰ ਤਾਂ ਵੱਜਦਾ ਜੇ ਨਾਦ ਅੰਦਰ ਵੱਜੇ, ਸੰਗੀਤ ਅੰਦਰੋਂ ਪ੍ਰਗਟ ਹੋ ਕੇ ਬਾਹਰ ਨਿਕਲਦਾ। ਜਦੋਂ ਅਸੀਂ ਮਤਲਬ ਕਿਸੇ ਦੇ ਡਿਪਰੈਸਿਵ ਹੋਣ ਦੀ ਗੱਲ ਪੜ੍ਹਦੇ ਹਾਂ ਨਾ, ਅਤੇ ਡਿਪਰੈਸਿਵ ਹੋਣ ਦੇ ਜਿਹੜੇ ਸਾਈਨ ਸਿਮਟਮਸ ਨੇ ਉਹਦੇ 'ਚ ਦੋ ਸਾਈਨ ਸਿਮਟਮਸ ਬਿਲਕੁਲ ਸਾਹਮਣੇ ਨਜ਼ਰ ਪੈਂਦੇ ਨੇ। ਜਿਵੇਂ ਸਪੋਜ਼ ਕਰੋ, ਸਾਨੂੰ ਕਈ ਵਾਰੀ ਲੋਕ ਕਾਲ ਕਰਦੇ ਕਿ ਸਾਡਾ ਬੱਚਾ ਡਿਪਰੈਸ਼ਨ ਹੈ, ਜੇ ਸਾਡਾ ਫੈਮਿਲੀ ਜਿਹੜਾ ਆ ਕੋਈ ਮੈਂਬਰ ਡਿਪਰੈਸ਼ਨ ਦੇ ਵਿੱਚ ਆ, ਅਤੇ ਬੀਂਗ ਏ ਕਾਉਂਸਲਰ ਸਾਡਾ ਪਹਿਲਾ ਕੁਐਸਚਨ ਇਹ ਹੁੰਦਾ ਆ ਕਿ ਹੂ ਡਾਇਗਨੋਸਡ ਇਟ, ਇਹਦੀ ਡਾਇਗਨੋਸ ਕਿਹਨੇ ਕੀਤੀ ਹੈ? ਡਾਕਟਰ ਨੇ ਕਿਹਾ ਤੁਹਾਨੂੰ, ਫੈਮਿਲੀ ਫਿਜੀਸ਼ੀਅਨ ਨੇ ਕਿਹਾ, ਸਾਈਕੈਟ੍ਰਿਸਟ ਨੇ ਕਿਹਾ, ਕਿਸ ਨੇ ਕਿਹਾ ਹੈ, ਤਾਂ ਕਿ ਅਸੀਂ ਉਸਨੂੰ ਸਮਝ ਸਕੀਏ। 90% ਕੇਸਿਸ 'ਚ ਇਹ ਕਿਹਾ ਜਾਂਦਾ ਹੈ, ਨੋ, ਹੀ ਨੈਵਰ ਐਕਚੁਲੀ ਸੀ ਦਾ ਡਾਕਟਰ, ਸ਼ੀ ਨੈਵਰ ਐਕਚੁਲੀ ਟਰਾਈ ਟੂ ਗੋ ਟੂ ਸੀ ਦਾ ਡਾਕਟਰ। ਓਕੇ, ਦੈਨ ਤੁਹਾਨੂੰ ਕਿੱਦਾਂ ਪਤਾ ਲੱਗਾ? ਜੇ ਤੁਸੀਂ ਆਪ ਅੰਦਾਜ਼ਾ ਲਾਇਆ, ਫਿਰ ਉਹਦੇ ਕੁਝ ਸਾਈਨ ਸਿਮਟਮਸ ਬਿਆਨ ਕਰਨਗੇ। ਉਹਨਾਂ ਸਾਈਨ ਸਿਮਟਮਸ ਦੇ ਵਿੱਚ ਜਿੱਥੇ ਡਿਪਰੈਸ਼ਨ ਦੇ ਬਿਲਕੁਲ ਸਾਈਨ ਸਾਹਮਣੇ ਮਿਲਦੇ ਨੇ, ਨੰਬਰ ਇੱਕ ਸਾਈਨ ਜਿਹੜਾ ਹੁੰਦਾ ਹੈ ਉਹ ਹੁੰਦਾ ਆ ਰੌਸ਼ਨੀ 'ਚ ਘੱਟ ਜਾਂਦਾ ਹੈ, ਹਨੇਰੇ 'ਚ ਰਹਿੰਦਾ, ਲਾਈਟ ਆਫ ਕਰ ਦਿੰਦਾ ਕਮਰੇ ਦੀ ਵਾਰ ਵਾਰ। ਜਿੱਥੇ ਕਿਤੇ ਦੋ ਜਣੇ ਬੈਠ ਕੇ ਗੱਲਾਂ ਕਰਦੇ ਹੋਣ, ਜਿੱਥੇ ਕਿਤੇ ਕੋਈ ਸੰਗੀਤ ਮਿਊਜ਼ਿਕ ਕੋਈ ਖੁਸ਼ੀ ਦੇ ਉਸ ਰੰਗ ਦੇ ਸਰਾਬੋਰਤਾ ਹੋਏ, ਉੱਥੋਂ ਆਪਣੇ ਆਪ ਨੂੰ ਲਾਮੇ ਕਰ ਲੈਂਦਾ, ਉੱਥੋਂ ਰਾਈਟ ਵਿੱਚ ਜਿਹੜਾ ਹੈ ਉਸ ਸਾਈਡ 'ਤੇ ਹੋ ਜਾਂਦਾ, ਉਹਦੇ 'ਚ ਪਾਰਟੀਸਪੇਸ਼ਨ ਨਹੀਂ ਮਿਲਦੀ। ਇਹ ਮੋਸਟਲੀ ਸਾਈਨ ਦੱਸਦੇ ਨੇ ਆਈਦਰ ਦੈਟ ਇੰਡੀਵਿਜੁਅਲ ਇਜ਼ ਇਨ ਡਿਪਰੈਸ਼ਨ ਔਰ ਮੂਵਿੰਗ ਟੂਵਰਡ ਡਿਪਰੈਸ਼ਨ। ਸਰਲ ਹੋ ਗਈ ਹੋਣੀ ਬਾਤ, ਤੁਹਾਡੇ ਵਾਸਤੇ ਪਕੜ 'ਚ ਆ ਗਈ ਹੋਣੀ, ਇਹ ਚੀਜ਼ ਆ। ਨਾਦ ਜਿਹੜਾ ਆ, ਆਪਾਂ ਬੈਠੇ ਗੁਰੂ ਕੋਲ, ਇੱਥੇ ਡਿਫਾਈਨ ਹੋ ਰਿਹਾ ਗੁਰੂ। ਹੁਣ ਗੁਰੂ ਦੀ ਪਰਿਭਾਸ਼ਾ ਮਹਾਰਾਜ ਨੇ ਬੜੇ ਕਮਾਲ ਨਾਲ ਕੀਤੀ ਬਾਣੀ ਦੇ ਵਿੱਚ। ਬਾਬਾ ਜੀ ਕਹਿੰਦੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਆਨੰਦ ਸਾਹਿਬ ਦੀ ਬਾਣੀ ਚਾਲੂ, ਲਾਈਨ ਬਾਏ ਲਾਈਨ, ਸ਼ਬਦ ਬਾਏ ਸ਼ਬਦ, ਯੂ ਕੈਨ ਸੀ ਥਿੰਗਸ। ਬਾਬਾ ਜੀ ਦਾ ਸ਼ਬਦ ਤੋਂ ਸ਼ੁਰੂ ਹੁੰਦਾ, ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਯੂ ਨੋ ਹੂ ਆਰ ਟਾਕਿੰਗ ਹੇਅਰ, ਦੇ ਟੂ ਕਰੈਕਟਰਸ ਹੂ ਆਰ ਟਾਕਿੰਗ ਟੂ ਈਚ ਅਦਰ। ਵਨ ਇਜ਼ ਆਨੰਦ ਭਇਆ ਮੇਰੀ ਮਾਏ, ਮਾਏ ਮਾਂ ਦੀ ਗੱਲ ਹੋ ਰਹੀ ਹੈ, ਐਂਡ ਵਨ ਇਜ਼ ਡਿਸਕ੍ਰਾਈਬਿੰਗ ਇਟਸ ਓਨ ਸਿਚੁਏਸ਼ਨ ਓਵਰ ਦੇਅਰ, ਐਂਡ ਹੂ ਇਜ਼ ਐਕਸਪਲੇਨਿੰਗ ਇਟਸ ਓਨ ਸਿਚੁਏਸ਼ਨ, ਦੈਟ ਇਜ਼ ਹੂ, ਕੌਣ ਆ? ਮਨ, ਮਨ ਮਤ ਨਾਲ ਗੱਲ ਕਰ ਰਿਹਾ। ਜਿਹੜਾ ਸਾਡਾ ਕਹਿ ਲਓ ਸਾਡੀ ਜਿਹੜੀ ਹਿਊਮਨ ਸਾਈਕੀ ਹੈ, ਉਹ ਜਿਹੜੀ ਹਿਊਮਨ ਵਿਜ਼ਡਮ ਆ, ਇਨਰ ਇੰਸਟਿੰਕਟ, ਉਹਦੇ ਨਾਲ ਗੱਲ ਕਰ ਰਿਹਾ ਅਤੇ ਉਹਨੂੰ ਗੱਲ ਕਰਕੇ ਕਹਿ ਰਿਹਾ ਕਿ ਆਨੰਦ ਹੋ ਗਿਆ, ਅਤੇ ਤੇਰੀ ਗੱਲ ਮੈਂ ਪਹਿਲਾਂ ਮੰਨ ਨਹੀਂ ਸੀ ਰਿਹਾ, ਹੁਣ ਮੰਨੀ ਅਤੇ ਮੈਨੂੰ ਪਤਾ ਲੱਗ ਗਿਆ। ਸਪੋਜ਼ ਕੁਛ ਚੀਜ਼ਾਂ ਹੁੰਦੀਆਂ ਕਈ ਵਾਰੀ ਮਤਲਬ ਇਸ ਤਰੀਕੇ ਨਾਲ ਸਮਾਜ ਵਿੱਚ। ਮੇਰੇ ਇੱਥੇ ਬੜੇ ਪਿਆਰੇ ਦੋਸਤ ਨੇ, ਡਾਕਟਰ ਨੇ, ਅਤੇ ਉਹ ਇੱਥੇ ਇਟੋਬਿਕੋ ਦੇ ਏਰੀਏ 'ਚ ਹੀ ਮਤਲਬ ਬੋਰਨ ਐਂਡ ਰੇਸ ਹੋਏ ਇੱਥੇ, ਅਤੇ ਡਾਕਟਰ ਬਣ ਗਏ। ਜਿਸ ਸਕੂਲ 'ਚ ਪੜ੍ਹੇ
ਉਹ ਸਕੂਲ ਕੋਈ ਬਹੁਤਾ ਅਕੈਡੈਮਿਕਲੀ ਬਹੁਤ ਜਾਣਿਆ ਹੋਇਆ ਸਕੂਲ ਨਹੀਂ, ਮੋਸਟਲੀ ਉਹ ਵਾਇਲੈਂਸ ਕਰਕੇ ਅਤੇ ਬੈਡ ਬਿਹੇਵੀਅਰ ਕਰਕੇ ਫੇਮਸ ਆ ਸਕੂਲ, ਅਤੇ ਉੱਥੋਂ ਉਹ ਨਿਕਲ ਕੇ ਡਾਕਟਰ ਬਣਿਆ। ਇੱਕ ਦਿਨ ਕੀ ਹੋਇਆ ਕਿ ਸਕੂਲ ਦੇ ਵਿੱਚ ਇੱਕ ਐਲਮਨਾਈ ਪ੍ਰੋਗਰਾਮ ਸੀਗਾ, ਉਹਨਾਂ ਦੀ ਸ਼ਾਇਦ 50th ਕੋਈ ਉਹਨਾਂ ਦੀ ਮਨਾਉਣਾ ਸੀਗਾ ਆਪਣਾ ਐਨੀਵਰਸਰੀ, ਅਤੇ ਉਹਨਾਂ ਨੇ ਪੁਰਾਣੇ ਜਿਹੜੇ ਐਲਮਨਾਈਜ਼ ਜਿਹੜੇ ਜਿਹਨਾਂ ਨੇ ਚੰਗਾ ਕੰਮ ਕੀਤਾ ਮੋਸਟਲੀ ਉਹਨਾਂ ਨੂੰ, ਅਤੇ ਅਦਰਵਾਈਜ਼ ਦੂਜਿਆਂ ਨੂੰ ਵੀ ਬੁਲਾਇਆ ਸੀਗਾ। ਅਤੇ ਉਹ ਰਹਿੰਦਾ ਇੱਥੋਂ ਥੋੜ੍ਹਾ ਦੂਰ ਆ, ਅਤੇ ਮੋਮ ਡੈਡ ਅਜੇ ਇੱਥੇ ਰਹਿੰਦੇ ਸੀਗੇ ਇਟੋਬਿਕੋ ਦੇ ਵਿੱਚ ਹੀ। ਅਤੇ ਹੋਇਆ ਇਹ ਕਿ ਉਹਨੇ ਕਾਲ ਕੀਤੀ ਆਪਣੇ ਅੰਕਲ ਆਂਟੀ ਨੂੰ, ਸਾਡੇ ਨੂੰ, ਮੇਰੀ ਉਹਨਾਂ ਨਾਲ ਵੀ ਬੜੀ ਬੜੀ ਨੇੜਤਾ ਆ। ਅਤੇ ਉਹਨਾਂ ਨੂੰ ਕਾਲ ਕੀਤੀ ਵੀ ਮੈਂ 19 ਤਰੀਕ ਨੂੰ ਆਉਣਾ ਹੈ, ਉੱਥੇ ਸਕੂਲ ਦਾ ਫੰਕਸ਼ਨ ਆ, ਐਂਡ ਇਫ ਆਈ ਮੀਨ ਇਟੋਬਿਕੋ ਦੈਨ ਆਈ ਵਿਲ ਡੈਫੀਨੇਟਲੀ ਵਿਜ਼ਿਟ ਬੋਥ ਆਫ ਯੂ ਟੂ। ਉਹਨਾਂ ਕਿਹਾ ਠੀਕ ਹੈ ਚਲੋ ਚੰਗਾ ਮਿਲਾਂਗੇ। ਪ੍ਰੋਗਰਾਮ ਹੋ ਗਿਆ, ਅਤੇ ਅਰਾਊਂਡ ਉਹਨੇ ਕਿਹਾ ਵੀ ਮੇਰਾ 12-1 ਵਜੇ ਦੇ ਕਰੀਬ ਪ੍ਰੋਗਰਾਮ ਉੱਥੇ ਪੂਰਾ ਹੋ ਜਾਣਾ, ਕੰਪਲੀਟ ਹੋ ਜਾਣਾ, ਦੈਨ ਆਈ ਵਿਲ ਸੀ ਯੂ। ਓਕੇ, ਉਹਨੇ ਕਿਹਾ ਆਏਗਾ 10 ਵਜੇ। ਅਤੇ ਬੈੱਲ ਕੀਤੀ ਕਿਸੇ ਨੇ ਆ ਕੇ, ਬੈੱਲ ਕੀਤੀ ਅਤੇ ਆਂਟੀ ਨੇ ਆ ਕੇ ਬੂਹਾ ਖੋਲ੍ਹਿਆ। ਜਦੋਂ ਬੂਹਾ ਖੋਲ੍ਹਿਆ ਤਾਂ ਸਾਹਮਣੇ ਉਹਨਾਂ ਦਾ ਬੇਟਾ ਸੀਗਾ ਡਾਕਟਰ, ਅਤੇ ਉਹਨੇ ਕਿਹਾ ਤੂੰ ਤਾਂ ਲੇਟ ਆਉਣਾ ਸੀਗਾ, ਤੂੰ ਅੱਜ ਗਿਆ ਨਹੀਂ ਕਿ ਪਹਿਲਾਂ ਆ ਗਿਆ, ਉੱਥੇ ਬਾਅਦ ਵਿੱਚ ਜਾਣਾ। ਐਂਡ ਹੀ ਵਾਜ਼ ਫੁੱਲ ਵਿਦ ਟੀਅਰਸ, ਅੱਖਾਂ ਉਹਦੀਆਂ ਭਰੀਆਂ ਪਈਆਂ। ਉਹ ਮਾਂ ਦੇ ਪੈਰਾਂ 'ਤੇ ਲੰਮਾ ਪੈ ਗਿਆ, ਲਿਟਰਲੀ ਤੌਰ 'ਤੇ ਲੰਮਾ ਪੈ ਗਿਆ, ਰੋਣ ਲੱਗ ਗਿਆ। ਉਹ ਮਾਂ ਘਬਰਾ ਗਈ ਕਿਉਂਕਿ ਉਹਦਾ ਇਸ ਕਿਸਮ ਦੀ ਅਪਰੋਚ ਨਹੀਂ ਸੀ ਕਦੀ ਵੀ, ਕਦੀ ਇਹੋ ਸਥਿਤੀ ਕਿਉਂ ਹੋਇਆ ਸੀ। ਉਹ ਮਾਂ ਕਹਿੰਦੀ ਵੀ ਹੋਇਆ ਕੀ ਆ, ਦੱਸ ਤੇ ਸਹੀ, ਮੈਨੂੰ ਬਾਅਦ 'ਚ ਕਰ ਲਈ। ਮਾਂ ਉਹਨੂੰ ਉਠਾ ਰਹੀ ਹੈ ਵੀ ਸਪੀਕ ਆਊਟ ਲਾਊਡ, ਵਟ ਹੈਪਨ। ਉਹ ਜੇ ਰੌਲਾ ਪੈ ਰਿਹਾ ਦਰਵਾਜ਼ੇ 'ਤੇ, ਅਤੇ ਅੰਕਲ ਕਿਤੇ ਆਰਾਮ ਕਰ ਰਿਹਾ ਸੀ ਅੰਦਰ, ਅਤੇ ਉਹ ਵੀ ਦੌੜ ਕੇ ਆ ਗਿਆ। ਉਹਨੇ ਵੀ ਆ ਕੇ ਵੇਖਿਆ, ਕਹਿੰਦੇ ਕੀ ਹੋਇਆ? ਉਹ ਕਹਿੰਦੀ ਪਤਾ ਨਹੀਂ, ਰੋਈ ਜਾਂਦਾ, ਦੇਖੋ ਕਿ ਉਹ ਅੰਕਲ ਦੇ ਵੀ ਪੈਰਾਂ 'ਤੇ ਜਾ ਕੇ ਡਿੱਗ ਗਿਆ ਅਤੇ ਰੋਣ ਲੱਗ ਗਿਆ। ਉਹ ਕਹਿੰਦੇ ਹੋ ਤੂੰ ਪਹਿਲਾਂ ਦੱਸ, ਸਾਨੂੰ ਸਾਡਾ ਸਾਡੀ ਜਾਨ ਨਿਕਲੀ ਪਈ ਹੈ। ਖੈਰ ਉਹਨੇ ਹੱਗ ਕੀਤਾ ਦੋਨਾਂ ਨੂੰ। ਉਹ ਕਹਿੰਦੇ ਹੋਇਆ ਕਿ, ਕਹਿਣ ਲੱਗਾ ਹੋਣਾ ਕੀ ਹੈ, ਬਸ ਤੁਹਾਨੂੰ ਥੈਂਕਸ ਕਰਨ ਵਾਸਤੇ ਆਇਆ। ਕੀ ਹੋ ਗਿਆ? ਅਸਲ ਜਦੋਂ ਸਕੂਲ ਗਿਆ ਨਾ, ਅਤੇ ਉਸ ਸਕੂਲ 'ਚ ਸਾਰੇ ਉਹਦੇ ਪੁਰਾਣੇ ਜਿਹੜੇ ਕਲਾਸ ਪੜ੍ਹਨ ਵਾਲੇ ਸਾਰੇ ਉੱਥੇ ਸੀਗੇ, ਉਹਨੇ ਸਾਰੇ ਹੀ ਵੇਖੇ ਉੱਥੇ, ਆਲ ਆਫ ਦੈਮ ਆਰ ਆਲਮੋਸਟ ਫੇਲੀਅਰ। ਉਹ ਸਾਰੇ ਉਹਦੀ ਪ੍ਰੇਜ਼ ਕਰਨ, ਤਾਰੀਫ ਕਰਨ, ਸਾਰਾ ਕਰਨ, ਉਹ ਤਾਂ ਡਾਈਜੈਸਟ ਨਹੀਂ ਕਰ ਪਾਇਆ। ਉਹਨੂੰ ਆਈਡੀਆ ਹੋ ਗਿਆ, ਮੈਂ ਤਾਂ ਇਹਨਾਂ 'ਚ ਹੋਣਾ ਸੀਗਾ, ਮੈਂ ਤਾਂ ਇਹਨਾਂ ਵਰਗਾ ਹੋਣਾ ਸੀਗਾ। ਇਹ ਤਾਂ ਸਾਰਾ ਕੁਝ ਉਹਨਾਂ ਦਾ ਆ ਜਿਨ੍ਹਾਂ ਨੇ ਇੰਨੀ ਐਫਰਟ ਪਾ ਕੇ ਨਾ ਪੁਸ਼ ਕਰਕੇ ਇੱਥੋਂ ਤੱਕ ਲਿਆਉਂਦਾ। ਉਹਨਾਂ ਦਾ ਧੰਨਵਾਦ ਕਰਦਾ। ਅੰਕਲ ਆਂਟੀ ਹੱਸਣ ਅਤੇ ਨਾਲੇ ਦੱਸਣ, ਕਹਿਣ ਲੱਗੇ ਵੀ ਕਮਾਲ ਹੋ ਗਈ, ਇਹਨੇ ਅੱਜ ਤੱਕ ਸਾਨੂੰ ਥੈਂਕ ਯੂ ਨਹੀਂ ਸੀ ਕਿਹਾ। ਇਹ ਜਦੋਂ ਕਿਤੇ ਬਹਿਣਾ, ਇਹਨੇ ਇੱਕੋ ਗੱਲ 'ਤੇ ਸ਼ੁਰੂ ਹੋ ਜਾਣਾ ਵੀ ਤੁਹਾਡੇ ਤੋਂ ਵਰਸ ਪੇਰੈਂਟਸ ਕੋਈ ਨਹੀਂ ਧਰਤੀ ਦੇ ਉੱਤੇ। ਤੁਸੀਂ ਰਾਖਸ਼ ਹੋ, ਤੁਸੀਂ ਮੇਰਾ ਬਚਪਨ ਖਰਾਬ ਕੀਤਾ, ਤੁਸੀਂ ਮੇਰਾ ਆਹ ਵੀ ਕੀਤਾ। ਕਹਿੰਦੇ ਅਸੀਂ ਤਾਂ ਨਾ ਕੰਨਾਂ 'ਚ ਬੂਝੇ ਦੇ ਲੈਂਦੇ ਵੀ ਕਿਸੇ ਤਰੀਕੇ ਨਾਲ ਨਾ ਇਹਦੇ ਨਾਲ, ਅਤੇ ਕਹਿੰਦੇ ਸੱਚ ਹੈ। ਅੱਜ ਵੀ ਅਸੀਂ ਜਿਸ ਦਿਨ ਆਇਆ ਉਸ ਦਿਨ ਵੀ ਅਸੀਂ ਪ੍ਰੈਪਰੇਸ਼ਨ ਹੀ ਕੀਤੀ ਵੀ ਖੂਬ ਸਾਰੇ ਲਾਮੇ ਲੂਮੇ ਸੁਣਾਂਗੇ, ਕੋਈ ਨਾ ਸੁਣ ਲਾਂਗੇ ਵੀ ਅੱਜ ਫਿਰ ਆ ਕੇ ਕਹੇਗਾ। ਐਂਡ ਦੈਟ ਡੇ ਹੀ ਰਿਅਲਾਈਜ਼ ਨੋ, ਯੂ ਗਾਇਜ਼ ਹੈਵ ਐਕਚੁਅਲੀ, ਯੂ ਨੋ ਵਟ ਯੂ ਹੈਵ ਡਨ, ਯੂ ਹੈਵ ਨੋ ਆਈਡੀਆ। ਇਹਦਾ ਮਨ ਹੈ ਬੱਚਾ ਆ, ਮਤ ਮਾਂ ਆ, ਮਾਤੇ ਨੂੰ ਸਮਝਾਉਂਦੀ ਅਤੇ ਮਨ ਉਹਨੂੰ ਕਹਿੰਦਾ, ਜਿਵੇਂ ਬੱਚਾ ਨਹੀਂ ਵਿਗੜਿਆ ਹੋਇਆ ਕਹਿੰਦਾ ਵੀ ਜਸਟ ਕੀਪ ਕੁਆਇਟ, ਆਈ ਡੋਂਟ ਵਾਂਟ ਟੂ ਹੀਅਰ ਐਨੀ ਵਰਡ, ਇਫ ਯੂ ਸੇ ਵਨ ਮੋਰ ਵਰਡ ਯੂ ਹੈਵ ਨੋ ਆਈਡੀਆ ਹਾਮ ਗੁਨਾ ਰਿਐਕਟ। ਉਹ ਮਾਂ ਵਿਚਾਰੀ ਫਿਰ ਵੀ ਡਰੀ ਭੱਜੀ, ਥੋੜ੍ਹਾ ਬਹੁਤਾ ਬੋਲਦੀ ਵਿੱਚ ਕਿਸੇ ਤਰੀਕੇ ਨਾਲ। ਮਤ ਸਾਡੇ ਅੰਦਰ ਐਵੇਂ ਬੋਲਦੀ, ਇੱਕ ਦਿਨ ਮਤ ਦਾ ਗੱਲ ਮੰਨ ਕੇ ਮਨ ਨੈਕਸਟ ਲੈਵਲ 'ਤੇ ਜਾਂਦਾ, ਫਿਰ ਐਵੇਂ ਰਿਐਕਟ ਕਰਦਾ ਜਿਵੇਂ ਬੇਟੇ ਦੀ ਗੱਲ ਕਰ ਰਿਹਾ।
ਇੱਥੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿੱਦਣ ਮਨ ਨੇ ਉਸ ਨਾਦ ਨੂੰ ਦੇਖਿਆ ਨਾ, ਆਨੰਦ ਨੂੰ, ਉਹ ਆਇਆ ਵਾਪਸ। ਉਹ ਆ ਕੇ ਕਹਿੰਦਾ ਹੈ ਆਨੰਦ ਭਇਆ ਮੇਰੀ ਮਾਏ ਐਂਡ ਵਾਈਟ ਹੈਪਨਡ ਸਤਿਗੁਰੂ। ਇਹ ਸ਼ਬਦ ਵੀ ਮੈਂ ਤੇ ਮੁੱਕਣਾ ਜੇ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਮੈਂ ਇੱਥੇ ਮੈਂ ਦਾ ਸਬਰ ਨਾ ਹੈ ਐਕਚੁਅਲ ਲੈਵਲ ਤੇ। ਆਈ ਨੋ ਥੋੜ੍ਹੀ ਗਰਮੀ ਹੈ ਤੁਹਾਨੂੰ, ਮੈਂ ਤੁਹਾਨੂੰ ਸਲਿਊਟ ਕਰਦਾ, ਨਮਸਕਾਰ ਕਰਦਾ ਇਸ ਸਮੇਂ 'ਚ ਤੁਸੀਂ ਟਾਈਮ ਕੱਢ ਕੇ ਇਸ ਸਮੇਂ 'ਚ ਆ ਕੇ ਬੈਠੇ ਹੋ। ਹਾਰਡ ਆ ਪਰ ਇਹ ਸਮਾਂ ਲੇਖੇ 'ਚ ਆ, ਆਪਾਂ ਐਫਰਟ ਜਿਸ ਰੂਪ 'ਚ ਕਰ ਰਹੇ ਹਾਂ ਇੱਥੇ। ਗੁਰਮੁਖ ਨਾਦਨ, ਨਾਦ ਆਵਾਜ਼ ਹੈ, ਨਾਦ ਸ਼ਬਦ ਹੈ, ਨਾਦ ਧੁਨ ਹੈ। ਇਹ ਧੁਨ ਗੁਰੂ ਦੇ ਜ਼ਰੀਏ ਸਾਡੇ ਤੱਕ ਪਹੁੰਚਦੀ ਹੈ। ਵਾਹਿਗੁਰੂ ਦਾ ਬਣਾਇਆ ਸਾਰਾ ਸੰਸਾਰ ਹੈ, ਇਸ ਸੰਸਾਰ ਦੇ ਵਿੱਚ ਆਵਾਜ਼ਾਂ ਨੇ, ਚੰਗੀਆਂ ਵੀ ਨੇ ਮਾੜੀਆਂ ਵੀ ਨੇ, ਵਧੀਆ ਕਰਨ ਵਾਲੀਆਂ ਵੀ ਨੇ ਮਾੜਾ ਕਰਨ ਵਾਲੀਆਂ ਵੀ ਨੇ। ਗੱਲ ਡਿਪੈਂਡ ਹੈ ਕਿਹੜੀ ਆਵਾਜ਼ ਤੁਹਾਨੂੰ ਅਪੀਲ ਕਰਦੀ ਹੈ। ਅਸੀਂ ਆਮ ਕਰਕੇ ਕਹਿੰਦੇ ਹਾਂ, BBC ਨੇ ਇੱਕ ਸਟੱਡੀ ਕੀਤੀ ਸੀ ਇੰਗਲੈਂਡ ਦੇ ਵਿੱਚ, ਇੱਥੇ ਵੀ ਤੁਸੀਂ ਸੁਣਿਆ ਹੋਣਾ, ਕਈ ਵਾਰੀ ਮਾਪੇ ਕਹਿਣਗੇ ਸਾਡਾ ਮੁੰਡਾ ਤਾਂ ਬੜਾ ਚੰਗਾ ਆ ਪਰ ਇਹਦੇ ਨਾਲ ਦੇ ਬਹੁਤ ਖਰਾਬ ਨੇ, ਉਹਨਾਂ ਨੇ ਵਿਗਾੜ ਦਿੱਤਾ। ਇਹ ਨਾ ਜਿਹਨਾਂ ਦੇ ਕੋਲ ਬਹਿੰਦਾ ਨਾ ਉਹਨਾਂ ਨੇ ਕੰਮ ਖਰਾਬ ਕੀਤਾ ਸਾਰਾ। ਉਹ ਕਹਿੰਦੇ ਵੀ ਅਸੀਂ ਨਾ ਉਹ ਮਾੜੇ ਨਿਆਣੇ ਲੱਭਣੇ ਨੇ ਜਿਹੜੇ ਦੂਜਿਆਂ ਨੂੰ ਖਰਾਬ ਕਰਦੇ ਨੇ। ਉਹਨਾਂ ਬੜੀ ਸਟੱਡੀ ਕੀਤੀ ਅਤੇ ਸਟੱਡੀ ਕਰਕੇ ਅਖੀਰ 'ਚ ਉਹਨਾਂ ਨੇ ਕਿਹਾ ਸਾਨੂੰ ਉਹ ਮਾੜਾ ਨਿਆਣਾ ਨਹੀਂ ਲੱਭਿਆ ਜਿਹੜਾ ਸਾਰਿਆਂ ਨੂੰ ਖਰਾਬ ਕਰ ਰਿਹਾ, ਉਹ ਪਤਾ ਨਹੀਂ ਕਿੱਥੇ ਹੈ। ਉਹ ਐਕਚੁਅਲੀ ਗੱਲ ਇਹ ਹੈ, ਇਹਨੇ ਸਾਰੀਆਂ ਆਵਾਜ਼ਾਂ ਚੰਗੀਆਂ ਵੀ ਨੇ ਇੱਥੇ ਮਾੜੀਆਂ ਵੀ ਨੇ, ਡਿਪੈਂਡ ਕਰਦਾ ਤੁਹਾਨੂੰ ਕਿਹੜੀ ਆਵਾਜ਼ ਅਪੀਲ ਕਰ ਗਈ ਹੈ, ਤੁਹਾਨੂੰ ਕਿਹੜੀ ਆਵਾਜ਼ ਸੁਣ ਗਈ ਹੈ। ਇੱਕ ਇਗਜ਼ਾਮਪਲ ਹੋਰ ਦੇ ਦਿੰਦਾ, ਮੈਂ ਆਪਣੀ ਯੂਨੀਵਰਸਿਟੀ ਟਾਈਮ ਨੂੰ ਯਾਦ ਕਰਦਾ। ਸਾਡੇ ਸਮੇਂ ਯੂਨੀਵਰਸਿਟੀ ਇਲੈਕਸ਼ਨ ਹੁੰਦਾ ਸੀਗਾ, ਵਰਸ ਸਿਚੁਏਸ਼ਨ ਹੁੰਦੀ ਸੀ, ਬੱਚੇ ਯੂਨੀਵਰਸਿਟੀ ਕਾਲਜ ਪੜ੍ਹਨ ਨਹੀਂ ਸੀ ਜਾਂਦੇ ਹੁੰਦੇ, ਸਿਰਫ ਉੱਥੇ ਮਤਲਬ ਵੱਡੇ ਪੱਧਰ 'ਤੇ ਇੱਕ ਜਿਹਨੂੰ ਕਹਿ ਲਓ ਕਿ ਮਾਚੋ ਉਸ ਪ੍ਰਵਿਰਤੀ ਵਿੱਚ, ਖਾਸ ਕਰਕੇ ਪਿੰਡਾਂ ਤੋਂ ਜਾਣ ਵਾਲੇ ਬੱਚੇ। ਮੇਰੇ ਕੋਲ ਥੋੜ੍ਹੀ ਜਿਹੀ ਐਡਵਾਂਟੇਜ ਜ਼ਿਆਦਾ ਸੀ ਕਿਉਂਕਿ ਮੈਂ ਬੋਲ ਲੈਂਦਾ ਸੀ ਸਟੇਜ ਵਗੈਰਾ 'ਤੇ ਉਸ ਤਰੀਕੇ ਨਾਲ, ਅਤੇ ਮੈਨੂੰ ਕੁਝ ਪਰਕਸ ਮਿਲਦੇ ਸੀ ਉੱਥੇ ਐਡੀਟੋਰੀਅਮ ਦੇ ਵਿੱਚ। ਅਸੀਂ ਗਰੁੱਪ ਬੈਠਾ ਆ, ਫਸਟ ਈਅਰ ਦੇ ਸਟੂਡੈਂਟ ਹਾਂ ਉੱਥੇ ਅਸੀਂ ਬੈਠੇ, ਕੁਝ ਸਾਡੇ ਤੋਂ ਸੀਨੀਅਰ ਨੇ ਸਟੂਡੈਂਟਸ, ਸੀਨੀਅਰ ਸਟੂਡੈਂਟਸ ਮੈਂਟਰਿੰਗ ਕਰਦੇ ਨੇ। ਵਾਹਿਗੁਰੂ ਹਰ ਥਾਂ 'ਤੇ ਤੁਹਾਡੀ ਬਾਂਹ ਫੜਦਾ ਜੇ ਤੁਸੀਂ ਅਹਿਸਾਸ ਰੱਖੋਗੇ। ਸੀਨੀਅਰ ਸਟੂਡੈਂਟਸ ਕੁਝ ਬੈਠੇ ਉੱਥੇ, ਜਿਹੜੇ ਨਾਲ ਦੇ ਸਹਿਪਾਠੀ ਸਟੂਡੈਂਟ ਨੇ ਉਹਨਾਂ 'ਚ ਇੱਕ ਸਟੂਡੈਂਟ ਕਹਿੰਦਾ ਐਡੀਟੋਰੀਅਮ ਦੇ ਵਿੱਚ ਮੂਵੀਜ਼ ਲੱਗਦੀਆਂ ਨੇ, ਚੇਂਜ ਹੁੰਦੀਆਂ ਨੇ ਇਸ ਤਰੀਕੇ ਨਾਲ, ਤੈਨੂੰ ਪਰਕ ਆ, ਤੂੰ ਆਹ ਕਰ ਸਕਦਾ, ਆਹ ਕਰ ਸਕਦਾ ਇਸ ਤਰੀਕੇ ਨਾਲ। ਅਤੇ ਹਿਊਮਨ ਮਾਇੰਡ ਆ, ਇਹ ਰਾਈਟ ਵੇ ਕਹੇਗਾ ਹਾਂ ਦੈਟਸ ਅ ਗੁੱਡ ਟਾਈਮ, ਐਕਚੁਅਲੀ ਆਈ ਵਿਲ ਇੰਜੋਏ ਆਲ ਦੀਸ ਪਰਕਸ। ਅਜੇ ਸਾਰੀ ਗੱਲਬਾਤ ਸ਼ਾਇਦ ਹਿਊਮਨ ਮਾਇੰਡ ਫੜਦਾ। ਇੱਕ ਸੀਨੀਅਰ ਉੱਥੇ ਲੜਕਾ ਬੈਠਾ ਆ, ਉਹ ਵਿੱਚ ਹੀ ਟੋਕਦਾ ਹੋਇਆ ਬੋਲਿਆ, ਕਹਿੰਦਾ ਖਬਰਦਾਰ ਤੂੰ ਇੱਥੇ ਇਹ ਸਭ ਕਰਨ ਵਾਸਤੇ ਨਹੀਂ, ਪੜ੍ਹਨ ਵਾਸਤੇ ਆਇਆ, ਚਿੱਤੇ ਰੱਖੀ। ਦੀਸ ਥਿੰਗਸ ਆਰ ਨੋਟ ਗੋਨਾ ਬੀ ਐਕਚੁਅਲੀ ਯੂ ਕੈਨ ਸੇ ਗੋਨਾ ਬੀ ਫਿਨਿਸ਼ਡ ਇਨ 2 or 3 years। ਦੀਸ ਇੰਟਰਟੇਨਮੈਂਟ ਥਿੰਗਸ, ਦੀਸ ਕਾਇੰਡ ਆਫ ਯੂ ਕੈਨ ਸੇ ਮੂਵੀ ਥਿੰਗਸ, ਇਟ ਵਿਲ ਬੀ ਹੇਅਰ ਆਲ ਯੂਰ ਲਾਈਫ ਐਂਡ ਰੈਸਟ ਆਫ ਲਾਈਫ ਯੂ ਕੈਨ ਇੰਜੋਏ ਦੈਮ ਐਜ ਮਚ ਐਜ ਯੂ ਵਾਂਟ, ਬਟ ਦਿਸ ਇਜ਼ ਦ ਟਾਈਮ, ਡੂ ਨੋਟ ਐਕਚੁਅਲੀ ਗੈਟ ਡਿਸਟਰੈਕਟਿਡ, ਬੀ ਫੋਕਸ ਟੂ ਯੂਰ ਮੇਨ ਟਾਸਕ। ਆਪ ਹੈਰਾਨ ਹੋਵੋਗੇ ਮੇਰੇ ਅੰਦਰ ਉਹਦੀ ਸਾਰਿਆਂ ਦੀ ਆਵਾਜ਼ ਨਾਲੋਂ ਇੱਕ ਆਵਾਜ਼ ਇੱਕੋ ਕਰਨ ਲੱਗ ਗਈ। ਉਹ ਆਵਾਜ਼ ਉੱਚੀ ਹੋ ਗਈ, ਸਾਰੇ ਬੋਲ ਰਹੇ ਨੇ ਸੇਮ ਵੋਇਸ ਦੇ ਵਿੱਚ, ਸਾਰੇ ਗੱਲਾਂ ਕਰ ਰਹੇ ਹਾਂ, ਇੱਕ ਆਵਾਜ਼ ਉੱਚੀ ਹੋ ਗਈ, ਉਹ ਸੁਣਨ ਲੱਗ ਗਈ,
ਉੱਥੋਂ ਬਾਹਰ ਜਾਣ ਤੋਂ ਫਿਰ ਸੁਣਨ ਲੱਗ ਗਈ, ਐਸੀ ਸੁਣਨ ਲੱਗ ਗਈ ਜਦੋਂ ਵੀ ਕਿਤੇ ਗੱਲ ਆਉਣੀ ਉਹ ਸੁਣਨੀ। ਇਹ ਚੀਜ਼ਾਂ ਜੇ ਜਦੋਂ ਤੁਹਾਨੂੰ ਥੋਟ, ਇਹ ਹੁੰਦੀ ਵਾਹਿਗੁਰੂ ਦੀ ਨਵਾਜਿਸ਼ ਹੈ। ਵੈਸੇ ਬਾਬਾ ਜੀ ਕਹਿੰਦੇ ਗੁਰਮੁਖ ਨਾਦਨ, ਗੁਰੂ ਸਕੂਲ ਆਫ ਥੋਟ ਹੈ, ਗੁਰੂ ਦੇ ਸਕੂਲ ਆਫ ਥੋਟ ਦੇ ਅਕੋਰਡਿੰਗਲੀ ਤੁਹਾਨੂੰ ਨਾਦ ਸੁਣਦਾ ਹੈ। ਮਤਲਬ ਪੀਪਲ ਹੂ ਆਰ ਰੈਡੀ ਟੂ ਲਿਵ ਦੇਅਰ ਲਾਈਵਸ ਅਕੋਰਡਿੰਗ ਟੂ ਗੁਰੂ ਸਕੂਲ ਆਫ ਥੋਟ, ਦੋਜ਼ ਆਰ ਗੁਰਮੁਖ, ਐਂਡ ਦੋਜ਼ ਪੀਪਲ ਕੈਨ ਈਜ਼ੀਲੀ ਸੀ ਦ ਰੀਅਲ ਫੇਸ ਆਫ ਗੁਰੂ, ਗੁਰੂ ਦਾ ਮੁੱਖ। ਅਤੇ ਗੁਰੂ ਦਾ ਮੁੱਖ ਪਹਿਲਾ ਕੀ ਹੈ? ਨਾਦ, ਸ਼ਬਦ, ਗੁਰਮੂਰਤ, ਗੁਰ ਸ਼ਬਦ ਹੈ। ਸਾਡਾ ਅਨਫੋਰਚੁਨੇਟ ਪਾਰਟ ਫਿਰ ਆ ਰਿਹਾ ਆ, ਅਸੀਂ ਚਿੱਤਰ ਪੂਜਾ, ਫੋਟੋ ਪੂਜਾ, ਮੂਰਤੀ ਪੂਜਾ ਵਾਲੇ ਪਾਸੇ ਵੱਧ ਰਹੇ ਹਾਂ। ਇਹ ਬਹੁਤ ਨੁਕਸਾਨ ਕਰੇਗਾ। ਸਾਡਾ ਸ਼ਬਦ ਨਾਲ ਨਾਤਾ ਆ, ਸ਼ਾਇਦ ਕਿਤੇ ਜਿਹੜੇ ਰੂਟੀਨ ਦੀ ਸੰਗਤ ਬੈਠੀ ਹੈ ਉਹਨਾਂ ਨਾਲ ਬਾਤ ਹੋਈ ਹੋਏ, ਟੂਕ ਮਾਤਰ ਬੇਨਤੀ ਕਰ ਦੇਣਾ। ਇੱਕ ਤਵਾਰੀਖ ਵਿੱਚ ਇੱਕ ਬਚਨ ਆਉਂਦਾ, ਗੁਰੂ ਹਰਗੋਬਿੰਦ ਸਾਹਿਬ ਬਹੁਤ, ਉਹਨਾਂ ਦੀ ਫਿਜ਼ੀਕਲ ਅਪੀਅਰੈਂਸ ਬੜੀ ਕਮਾਲ ਦੀ ਸੀ, ਐਡਾ ਜਵਾਨ ਸੁਡੋਲ ਸਰੀਰ, ਵਹਿੰਦੇ ਵਹਿੰਦਿਆਂ ਭੁੱਖ ਲੈਂਦੇ ਸੀ। ਜਿਨ੍ਹਾਂ ਨੇ ਵੇਖਣਾ ਕਹਿਣਾ ਕਿਆ ਸਤਿਗੁਰੂ ਦੀ ਆਭ ਆਇਆ। ਇੱਕ ਫਰੈਂਚ ਪੇਂਟਰ ਆ ਗਿਆ, ਇਹ ਫਰੈਂਚ ਪੇਂਟਰ ਆਇਆ ਅਤੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਖਿਆ ਅਤੇ ਦੇਖ ਕੇ ਕਹਿੰਦਾ ਵੀ ਜੇ ਤੁਸੀਂ ਮੈਨੂੰ ਅਲਾਓ ਕਰੋ ਤਾਂ ਮੈਂ ਤੁਹਾਡਾ ਇੱਕ ਚਿੱਤਰ ਬਣਾਉਣਾ ਚਾਹੁੰਦਾ ਪੇਂਟਿੰਗ। ਗੁਰੂ ਸਾਹਿਬ ਕਹਿੰਦੇ ਸ਼ੁਕਰੀਆ ਤੇਰੇ ਇੰਟਰਸਟ ਵਾਸਤੇ, ਮੇਰੀ ਕੋਈ ਦਿਲੀ ਇਸ ਤਰ੍ਹਾਂ ਦੀ ਖਾਹਿਸ਼ ਨਹੀਂ ਹੈ। ਕਹਿਣ ਲੱਗਾ ਨਹੀਂ ਨਹੀਂ ਜੀ ਨਹੀਂ, ਮੈਨੂੰ ਪਤਾ ਤੁਹਾਡੀਆਂ ਤਾਂ ਤੁਸੀਂ ਖਾਹਿਸ਼ਾਂ ਤੋਂ ਬਹੁਤ ਉੱਚੇ ਹੋ, ਸਤਿਪੁਰਖ ਹੋ, ਤੁਹਾਡੇ ਵਾਸਤੇ ਨਹੀਂ ਮੈਂ ਤੁਹਾਡੀ ਸੰਗਤ ਵਾਸਤੇ ਬਣਾਉਂਦਾ। ਤੁਸੀਂ ਆਖਿਰਕਾਰ ਉਮਰ ਆ ਢਲ ਜਾਏਗੀ ਕੱਲ੍ਹ ਨੂੰ ਸੰਸਾਰ ਤੋਂ, ਤੱਤਾਂ 'ਚ ਤੱਤ ਵਿਲੀਨ ਹੋ ਜਾਣਗੇ, ਜੋਤੀ ਜੋਤ ਸਮਾ ਜਾਓਗੇ। ਇਹ ਚਿੱਤਰ ਹੋਏਗਾ, ਸਿੱਖ ਸੰਗਤ ਵੇਖੇਗੀ ਐਸਾ ਗੁਰੂ ਸੀ ਸਾਡਾ, ਤੁਹਾਨੂੰ ਯਾਦ ਕਰੇਗੀ। ਅਤੇ ਗੁਰੂ ਹਰਗੋਬਿੰਦ ਸਾਹਿਬ ਮੁਸਕਰਾਉਂਦੇ ਅਤੇ ਮੁਸਕਰਾ ਕੇ ਕਹਿੰਦੇ ਫਰੈਂਚ ਪੇਂਟਰ ਨੂੰ, ਕਹਿਣ ਲੱਗੇ ਤੈਨੂੰ ਸੱਚ ਦੱਸਾਂ, ਤੂੰ ਜਿਹੜੇ ਵਰਡ ਕਹੇ ਨੇ ਉਹਨੂੰ ਧਿਆਨ ਨਾਲ ਸੁਣ। ਹੁਣ ਤੂੰ ਕਿਹਾ ਮੇਰਾ ਰੁਤਬਾ ਗੁਰੂ ਦਾ ਹੈ, ਮਤਲਬ ਗੁਰੂ ਦੀ ਇਸ ਪੁਜੀਸ਼ਨ 'ਚ ਆ ਮੈਂ, ਅਤੇ ਜੇ ਤੂੰ ਸਿੱਖੀ ਆਸ਼ੇ ਨੂੰ ਸਮਝਦਾ ਹੁੰਦਾ ਤੂੰ ਇਹ ਗੱਲ ਨਹੀਂ ਸੀ ਕਹਿਣੀ, ਕਿਉਂਕਿ ਸਿੱਖੀ ਆਸ਼ੇ ਦੇ ਵਿੱਚ ਗੁਰੂ ਦਾ ਚਿੱਤਰ ਨਹੀਂ ਹੁੰਦਾ, ਗੁਰੂ ਦਾ ਚਰਿੱਤਰ ਹੁੰਦਾ, ਕਰੈਕਟਰ। ਗੁਰੂ ਦੇ ਚਿੱਤਰ ਦੀ ਗੱਲ ਹੈਗੀ, ਗੁਰੂ ਦੀ ਪੂਰੀ ਪਰਸੋਨਾ ਜਿਹੜਾ ਆ ਉਹ ਗੁਣਾਤਮਕ ਪੱਖ 'ਚ ਹੈ। ਮੈਂ ਕਿਵੇਂ ਉਸ ਗੁਣਾਤਮਕ ਪੱਖ ਨੂੰ ਆਪਣੇ ਆਈਡੀਅਲ ਵਿੱਚ ਲੈ ਕੇ ਆਵਾਂ? ਨਾਦੰ, ਆਵਾਜ਼ ਸੁਣ, ਬਾਣੀ ਸੁਣ, ਬਚਨ ਸੁਣ, ਸ਼ਬਦ ਸੁਣ, ਵਾਰ ਵਾਰ ਸੁਣ, ਅਤੇ ਇੰਨੀ ਵਾਰ ਸੁਣ ਕਿ ਉਹ ਤੇਰੇ ਅੰਦਰ ਇੱਕੋ ਕਰਨ ਲੱਗ ਜਾਣ, ਆਵਾਜ਼ ਉੱਚੀ ਹੋ ਜਾਵੇ। ਗੁਰਮੁਖ ਨਾਦੰ, ਅਗਲਾ ਸ਼ਬਦ ਹੈ ਗੁਰਮੁਖ ਵੇਦਨ। ਵੇਦ ਫਿਲੋਸਫੀ ਨੂੰ ਵੀ ਕਿਹਾ ਜਾਂਦਾ ਹੈ, ਨੌਲੇਜ ਨੂੰ ਵੀ ਕਿਹਾ ਜਾਂਦਾ ਹੈ, ਗਿਆਨ ਨੂੰ ਵੀ ਕਿਹਾ ਜਾਂਦਾ ਹੈ। ਜਪਜੀ ਸਾਹਿਬ ਦੇ ਅਖੀਰ 'ਤੇ ਜਾਓਗੇ ਨਾ, ਇਹ ਚੀਜ਼ ਦੁਬਾਰਾ ਕੰਕਲੂਡ ਕੀਤੀ ਜਾਏਗੀ ਇੱਕ ਕੈਪਸੂਲ ਦੀ ਤਰ੍ਹਾਂ। ਜਦੋਂ ਅਸੀਂ ਸ਼ਬਦ ਪੜ੍ਹਾਂਗੇ, ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ, ਵੇਦ ਹਥਿਆਰ, ਹਥਿਆਰ ਵੈਪਨ, ਜਿਹੜੀ ਚੀਜ਼ ਛਾਂਗਦੀ ਹੈ। ਜਦੋਂ ਜ਼ਿੰਦਗੀ ਘੜੀ ਜਾਣੀ ਹੈ ਨਾ, ਪੱਥਰ ਦੇ ਵਿੱਚੋਂ ਮੂਰਤੀ ਘੜਦੇ ਨੇ, ਉਹਦੇ ਉੱਤੇ ਛੈਣੀਆਂ ਚੱਲਦੀਆਂ। ਨੌਲੇਜ ਤੁਹਾਨੂੰ ਬਗ ਕਰਦੀ ਹੈ, ਬੋਦਰ ਕਰਦੀ ਹੈ, ਤੁਹਾਨੂੰ ਆਰਾਮ ਨਾਲ ਬਹਿਣ ਨਹੀਂ ਦਿੰਦੀ, ਤੁਹਾਨੂੰ ਤੜਪਾਉਂਦੀ ਹੈ। ਇਹ ਚੀਜ਼ ਨੌਲੇਜ ਦਾ ਕੰਮ ਹੀ ਹੁੰਦਾ। ਜਿੰਨੀ ਨੌਲੇਜ ਗ੍ਰੈਬ ਕਰੋਗੇ ਨਾ, ਜਿਵੇਂ ਸੁਪੋਜ਼ ਕਰੋ, ਸਾਡੇ ਇੱਥੇ ਤੁਸੀਂ ਸਟਰਗਲ ਦੇਖੀ ਹੋਣੀ ਹੈ ਪੇਰੈਂਟਸ ਦੀ, ਬੱਚੇ ਪੜ੍ਹਦੇ ਨਹੀਂ, ਸਕਰੀਨ 'ਤੇ ਕੁਛ ਹੋਰ ਵਾਚ ਕਰੀ ਜਾਂਦੇ ਨੇ,
ਬੱਚੇ ਪੜ੍ਹਨ ਲੱਗ ਜਾਣ, ਸਕਰੀਨ ਨਹੀਂ ਛੱਡਦੇ, ਉਹਦੇ ਵਿੱਚ ਇਤਨੇ ਜ਼ਿਆਦਾ ਗਲਤਾਨ ਹੋ ਜਾਂਦੇ। ਮਾਪੇ ਕਹਿੰਦੇ ਭਾਈ ਸਾਹਿਬ ਪੜ੍ਹਦਾ ਤਾਂ ਬਹੁਤ ਆ ਪਰ ਨਿਕਲਦਾ ਹੀ ਨਹੀਂ ਬਾਹਰ ਉਹਦੇ ਤੋਂ। ਬਈ ਕਿਵੇਂ ਨਿਕਲੇਗਾ, ਨੌਲੇਜ ਨਹੀਂ ਨਿਕਲਣ ਦਿੰਦੀ। ਇੱਕ ਐਸੀ ਚੀਜ਼ ਆ ਜਿਹੜੀ ਆਪਣੇ ਨਾਲ ਗਲੂ ਕਰ ਲੈਂਦੀ ਹੈ, ਹਾਰਡ ਆ, ਔਖਾ ਆ। ਬਾਬਾ ਕਬੀਰ ਜੀ ਦਾ ਇੱਕ ਬਚਨ ਆ, ਉਹ ਕਹਿੰਦੇ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ। ਸੇਲ ਕਹਿੰਦੇ ਨੇ ਜਿਵੇਂ ਡੈਗਰ ਨਹੀਂ ਹੁੰਦਾ, ਲੋਹੇ ਦਾ ਜਿਹੜਾ ਕੋਈ ਇਸਪਾਤ ਦੀ ਬਣੀ ਹੋਈ ਚੀਜ਼ ਦੀ ਸ਼ਾਰਪਨ ਐਜ ਹੋਏ ਅਗਲੇ ਪਾਸਿਓਂ, ਜਿਵੇਂ ਖੰਜਰ ਆ। ਕਹਿੰਦੇ ਖੰਜਰ ਦਾ ਕਿਸੇ ਨੂੰ ਇਸ ਤਰੀਕੇ ਨਾਲ ਮਾਰੋ, ਖੰਜਰ ਜ਼ੋਰ ਲਾ ਕੇ, ਭਾਈ ਡਰ ਲੱਗਦਾ ਖੰਜਰ ਨਾ ਮਾਰੇ ਕੋਈ ਕਿਸੇ ਨੂੰ, ਨਾਈਫ ਮਾਰੇ ਪੇਨ ਹੋਏਗੀ, ਬੰਦਾ ਮਰ ਜਾਏਗਾ, ਪੀੜਾ ਹੋਏਗੀ। ਬਾਬਾ ਕਬੀਰ ਜੀ ਕਹਿੰਦੇ ਨਹੀਂ, ਜਿਹੜੀ ਖੰਜਰ ਦੀ ਚੋਟ ਆ ਇਟਸ ਨਥਿੰਗ, ਅਤੇ ਕੁਛ ਵੀ ਨਹੀਂ ਬੋਦਰ ਕਰਦੀ। ਕਿਹਾ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਨੂੰ, ਵੇਦ ਦੀ ਚੋਟ, ਗੁਰੂ ਵੇਦ ਹੈ, ਜਦੋਂ ਇਹਦੀ ਚੋਟ ਪੈਂਦੀ ਹੈ ਬੰਦੇ ਦੇ ਵਿੱਚ ਇੱਕਦਮ ਤਬਦੀਲੀ ਆਉਂਦੀ ਹੈ, ਬਦਲਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਓਕੇ, ਵੇਅਰ ਆਈ ਕੈਨ ਫਾਈਂਡ ਆਊਟ ਦਿਸ ਟਾਈਪ ਆਫ ਗੁਰੂ, ਇਹੋ ਜਿਹਾ ਗੁਰੂ ਮੈਂ ਕਿੱਥੋਂ ਲੱਭਾਂਗਾ। ਬਾਬਾ ਜੀ ਕਹਿੰਦੇ ਸਮਾਇਆ ਹੀ ਹੈ, ਚਾਰ ਚਪੇਰੇ ਸਮਾਇਆ ਹੋਇਆ ਹੈ। ਇੱਥੇ ਤਰਸ ਕੀਤਾ ਗੁਰੂ ਨਾਨਕ ਸਾਹਿਬ ਨੇ, ਭਗਤਾਂ ਨੇ, ਇਹ ਸਾਰੇ ਨੂੰ ਨਿਚੋੜ ਕੇ ਸ਼ਬਦ ਦੀ ਸ਼ਕਲ ਦੇ ਕੇ ਸਾਨੂੰ ਦੇ ਦਿੱਤਾ। ਅਦਰਵਾਈਜ਼ ਲੋਕ ਵਿਚਾਰੇ ਗਿਆਨ ਲੱਭਦੇ ਰਹਿੰਦੇ ਸੀ ਅਤੇ ਉਸਨੂੰ ਮਿਲੇ ਹੋਏ ਨੂੰ ਵੀ ਲੋਕ ਪਲਿਊਟ ਕਰ ਦਿੰਦੇ ਸੀਗੇ। ਈਵਨ ਇੰਟਰਪ੍ਰਿਟੇਸ਼ਨ ਬੜੀ ਵੱਡੀ ਚੀਜ਼ ਹੈ ਜੀ, ਚੀਜ਼ਾਂ ਦੀ ਇੰਟਰਪ੍ਰਿਟੇਸ਼ਨ ਐਵੇਂ ਕਰਦੇ ਹੋ ਕੋਈ ਸਮਝ ਨਾ ਸਕੇ। ਸ਼ਬਦ 'ਚ ਬੜੀ ਤਾਬ ਹੈ, ਪਰ ਸ਼ਬਦ ਦੀ ਤਾਬ ਜਿਹੜੀ ਭਾਉ ਹੈ, ਤੁਹਾਡਾ ਭਾਵ ਕੀ ਹੈ ਉਹਦੇ 'ਚ, ਇਹਦੇ ਨਾਲ ਜੁੜਿਆ ਹੋਇਆ ਹੈ। ਇੱਥੇ ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਗੁਰੂ ਆਵਾਜ਼ ਹੈ, ਗੁਰੂ ਗਿਆਨ ਹੈ, ਗੁਰੂ ਅਮਾਇਆ ਹੋਇਆ ਹੈ। ਆਸਾ ਦੀ ਬਾਤ 'ਚ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ ਕਿ ਸਤਿਗੁਰ ਵੱਡਾ ਕਰ ਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ। ਤੂੰ ਸਤਿਗੁਰੂ ਦੀ ਸਿਫਤ ਸਲਾਹ ਕਰਿਆ ਕਰ, ਵਡਿਆਇਆ ਕਰ, ਉਸਨੂੰ ਵੱਡਾ ਵੱਡਾ ਕਿਹਾ ਕਰ। ਇਹਨੂੰ ਹੋਰ ਸਿੰਪਲ ਕਰੀਏ ਜੀ ਥੋੜ੍ਹਾ ਜਿਹਾ ਇਸ ਰੂਪ ਦੇ ਵਿੱਚ। ਆਪਾਂ ਕੈਪੀਟਲਿਸਟਿਕ ਸੋਸਾਇਟੀ 'ਚ ਰਹਿੰਦੇ ਹਾਂ, ਵੈਸਟਰਨ ਵਰਲਡ ਨੇ ਬਹੁਤ ਕਮਾਲ ਦੀ ਤਰੱਕੀ ਕੀਤੀ, ਬੜਾ ਕੁਝ ਵਧੀਆ ਕੀਤਾ, ਕੁਝ ਚੀਜ਼ਾਂ ਦੇ ਵਿੱਚ ਜ਼ਿਆਦਾ ਬੈਟਰ ਕਰਨ ਦੇ ਉਸ ਚੱਕਰ ਦੇ ਅੰਦਰ ਖਰਾਬ ਵੀ ਹੋ ਗਈਆਂ। ਜਿਵੇਂ ਸੁਪੋਜ਼ ਕਰੋ, ਨੌਲੇਜ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਨੌਲੇਜ ਦੀ ਰਿਸਪੈਕਟ ਨਾਲ ਹੀ ਤੁਹਾਨੂੰ ਨੌਲੇਜ ਦੀ ਵੈਲਿਊ ਦਾ ਪਤਾ ਲੱਗੇਗਾ। ਜਿਹਨੇ ਤੁਹਾਨੂੰ ਨੌਲੇਜ ਡਿਲੀਵਰ ਕਰਨੀ ਹੈ ਉਹਦੀ ਵੀ ਰਿਸਪੈਕਟ ਕਰਨੀ ਪਏਗੀ। ਇੱਥੇ ਸਿਸਟਮ ਇਸ ਤਰੀਕੇ ਦਾ ਬਣਿਆ ਕਿਉਂਕਿ ਬੰਦਾ ਸੈਲਫਿਸ਼ ਹੁੰਦਾ ਗਿਆ। ਮਾਂ ਪਿਤਾ, ਅਸੀਂ ਮਾਫ਼ੀ ਚਾਹਾਂਗਾ, ਬਹੁਤ ਸਾਰੀਆਂ ਚੀਜ਼ਾਂ ਸਾਨੂੰ ਅਜੇ ਸਾਡੇ ਆਈਡੀਏ 'ਚ ਹੀ ਨਹੀਂ, ਸਾਨੂੰ ਸਮਝ ਵੀ ਨਹੀਂ ਆਉਂਦੀਆਂ ਕੁਛ ਕਾਫ਼ੀ ਰੂਪਾਂ ਦੇ ਵਿੱਚ। ਜਿਵੇਂ ਚਾਈਲਡ ਅਬਿਊਜ਼ ਆ, ਫਿਜ਼ੀਕਲ ਅਬਿਊਜ਼, ਸੈਕਸੁਅਲ ਅਬਿਊਜ਼, ਉਹਨਾਂ ਦੀ ਗੱਲ ਕਰਨ ਲੱਗਾ। ਇਹਦੇ ਬਾਬਤ ਇੱਕ ਤਾਂ ਨੌਲੇਜ ਦੀ ਵੀ ਲੈਕਿੰਗ ਹੋ ਸਕਦੀ ਹੈ, ਦੂਸਰਾ ਸਾਡੀ ਅਪਰੋਚ ਥੋੜ੍ਹੀ ਡਿਫਰੈਂਟ ਰਹੀ ਹੈ ਸ਼ੁਰੂ ਤੋਂ। ਸਾਡੇ ਮਤਲਬ ਮਾਹੌਲ ਦੇ ਵਿੱਚ ਵੈਲਿਊ ਸਿਸਟਮ ਬੜਾ ਵਧੀਆ ਰਿਹਾ ਕਾਫ਼ੀ ਹੱਦ ਤੱਕ, ਉਹਦੇ ਕਰਕੇ ਇਹਨਾਂ ਚੀਜ਼ਾਂ ਦੇ ਬਾਬਤ ਕਈ ਵਾਰੀ ਸਾਨੂੰ ਬਿਲਕੁਲ ਵੀ ਤਾਂ ਮਾਲੂਮ ਵੀ ਨਹੀਂ ਹੁੰਦਾ। ਉਹਦਾ ਕਾਰਨ ਇਹ ਸੀਗਾ ਕਿਉਂਕਿ ਮਾਂ ਬਾਪ ਸੁਪਰਵਿਜ਼ਨ ਇਤਨੀ ਜ਼ਬਰਦਸਤ ਸੀਗੀ ਕਿ ਮਾੜਾ ਜਿਹਾ ਵੀ ਸੱਜੇ ਖੱਬੇ ਛੱਡਣਾ ਹੀ ਨੀਗਾ। ਮਤਲਬ ਸਾਨੂੰ ਯਾਦ ਆ ਵੀ ਜੇ ਸਕੂਲ ਤੋਂ ਆਉਣਾ ਆ 2 ਵਜੇ ਅਤੇ 2:10 ਹੋਏ ਨਹੀਂ
ਤੇ ਘਰ ਦੇ ਵਿੱਚ ਅਲਾਰਮ ਵੱਜਾ ਨਹੀਂ, ਵਟ ਹੈਪਨਡ? ਅੱਛਾ 2:15 ਤੱਕ ਤੇ ਤੂਫਾਨ ਆ ਜਾਏਗਾ, 2:20 ਤੱਕ ਤੇ ਇੱਥੋਂ ਤੱਕ ਪਰਸੈਪਸ਼ਨ ਬਣ ਜਾਏਗੀ ਵੀ ਅਸਮਾਨ ਡਿੱਗ ਗਿਆ, ਕੁਛ ਵੱਡੀ ਗੜਬੜ ਹੋ ਗਈ ਹੈ ਜੀ, ਮਤਲਬ ਇਸ ਤਰੀਕੇ ਨਾਲ। ਅੱਛਾ ਉਦੋਂ ਇਹ ਚੀਜ਼ਾਂ ਬੱਗ ਕਰਦੀਆਂ ਸੀ, ਬੋਦਰ ਕਰਦੀਆਂ ਸੀ ਵੀ ਬਿਲਕੁਲ ਹੀ ਸਾਨੂੰ ਸਾਹ ਵੀ ਨਹੀਂ ਲੈਣ ਦਿੰਦੇ। ਹੁਣ ਪਤਾ ਲੱਗਦਾ ਉਹਨਾਂ ਨੇ ਬਚਾ ਕੇ ਰੱਖਿਆ। ਇੱਥੇ ਕੀ ਹੋਇਆ, ਟੀਚਰਸ ਦੁਆਰਾ, ਕੋਚਸ ਦੁਆਰਾ, ਉਹਨਾਂ ਦੇ ਦੁਆਰਾ ਬਹੁਤ ਫਿਜ਼ੀਕਲ ਅਬਿਊਜ਼ ਹੋਏ, ਚਾਈਲਡ ਅਬਿਊਜ਼ ਹੋਏ, ਕੇਸਿਸ ਬਾਈ ਕੇਸਿਸ ਨੇ। ਅਸੀਂ ਤਾਂ ਇੰਨੇ ਜ਼ਿਆਦਾ ਮੇਨ ਸਟ੍ਰੀਮ ਵਿੱਚ ਪੜ੍ਹਦੇ ਹਾਂ, ਅਖੀਰ ਹੋਇਆ ਉਹਨਾਂ ਨੂੰ ਜ਼ਿਆਦਾ ਅਕਾਊਂਟੇਬਲ ਬਣਾਇਆ ਗਿਆ, ਟਰਾਂਸਪਰੈਂਸੀ ਜ਼ਿਆਦਾ ਲਿਆਂਦੀ ਗਈ, ਅਥਾਰਟੀ ਘਟਾ ਦਿੱਤੀ ਗਈ, ਸਭ ਚੀਜ਼ਾਂ ਨੂੰ ਇਸ ਤਰੀਕੇ ਨਾਲ ਕੀਤਾ, ਜਿਹਦਾ ਬੈਨੀਫਿਟ ਵੀ ਮਿਲਿਆ ਲੌਂਗ ਰਨ ਸੋਸਾਇਟੀ ਨੂੰ, ਪਰ ਉਹਦਾ ਇੱਕ ਮਤਲਬ ਕਹਿ ਲਓ ਵੱਡੇ ਪੱਧਰ 'ਤੇ ਬੈਕਲੈਸ਼ ਵੀ ਹੋਇਆ। ਉਹ ਇਹ ਹੋਇਆ ਕਿ ਟੀਚਰਸ ਦੀ ਅਥਾਰਟੀ ਜਿਹੜੀ ਉਹ ਰਿਸਪੈਕਟ ਸੀਗੀ ਉਹ ਜਾਂਦੀ ਲੱਗੀ। ਹੁਣ ਉਹਦੇ 'ਚ ਇਹ ਹੈ ਕਿ ਟੀਚਰਸ ਉਹ ਸਿਰਫ ਮੋਸਟਲੀ ਆਪਣੀ ਪੇ ਵਾਸਤੇ ਨੇ ਉੱਥੇ, ਅਤੇ ਉਹਨਾਂ ਨੇ ਇੱਕ ਸਿਸਟਮ ਕਰਕੂਲਮ ਨੂੰ ਫੋਲੋ ਕਰਨਾ ਆ, ਅਤੇ ਉਸ ਤਰੀਕੇ ਦੀ ਬਾਤ ਆ। ਅਵੈਲੂਏਸ਼ਨ ਡਿਪਾਰਟਮੈਂਟ ਲੈਵਲ 'ਤੇ ਆਪਣੇ ਪੱਧਰ ਦੀ ਹੋਣੀ ਹੈ। ਬੱਚਿਆਂ ਨੂੰ ਲੱਗਦਾ ਕਿ ਯੂ ਨੋ ਵਾਈ ਆਈ ਸ਼ੁਡ ਐਕਚੁਲੀ ਰਿਸਪੈਕਟ ਟੂ ਹਿਜ਼ ਵੋਇਸ ਔਰ ਟੂ ਹਿਜ਼ ਐਕਚੁਲੀ ਵਰਡਸ, ਬਿਕੋਜ਼ ਹੀ ਇਜ਼ ਟੇਕਿੰਗ ਹਿਜ਼ ਯੂ ਕੈਨ ਸੇ ਅਰਨਿੰਗ ਐਂਡ ਆਈ ਐਮ ਐਕਚੁਲੀ ਗੈਟਿੰਗ ਸਮ ਨੌਲੇਜ ਫਰੋਮ ਹਿਮ ਐਂਡ ਦਿਸ ਇਜ਼ ਜਸਟ ਅ ਮਿਊਚੁਅਲ ਅੰਡਰਸਟੈਂਡਿੰਗ। ਬਿਲਕੁਲ ਠੀਕ ਆ, ਪਰ ਉਹਦੇ ਅੰਦਰ ਹੋਇਆ ਇਹ ਕਿ ਉਹਦੀ ਜਿਹੜੀ ਦਿੱਤੀ ਹੋਈ ਨੌਲੇਜ ਆ ਉਹਦੀ ਵੀ ਵੈਲਿਊ ਘਟਣੀ ਸ਼ੁਰੂ ਹੋ ਗਈ। ਸੋ ਉਸ ਸਾਰੇ ਕਰਕੇ ਐਜੂਕੇਸ਼ਨ ਦੇ ਵਿੱਚੋਂ ਲੰਘਣ ਦੇ ਬਾਵਜੂਦ ਵੀ ਬੱਚਿਆਂ ਦੇ 'ਚ ਮੈਨਰਸ ਨਹੀਂ ਡਿਵੈਲਪ ਹੁੰਦੇ, ਐਟੀਕੇਟਸ ਨਹੀਂ ਡਿਵੈਲਪ ਹੁੰਦੇ, ਬਿਹੇਵੀਅਰ ਨਹੀਂ ਡਿਵੈਲਪ ਹੁੰਦਾ। ਤੁਸੀਂ ਦੇਖਦੇ ਹੋ ਇੰਨਾ ਪੜ੍ਹਿਆ ਲਿਖਿਆ ਬੱਚਾ ਬੋਲਦਾ ਕਿਵੇਂ ਹੈ, ਇਹਨੂੰ ਗੱਲ ਕਰਨ ਦਾ ਨਹੀਂ ਪਤਾ, ਭਈ ਇਹ ਚੀਜ਼ਾਂ ਚੱਲੀਆਂ ਗਈਆਂ। ਇਹ ਫਿਰ ਥੋੜ੍ਹਾ ਗੌਰ ਨਾਲ ਦੇਖਿਓ, ਜੇ ਅਸੀਂ ਨਾ ਸਿਵਿਲਾਈਜ਼ਡ ਸ਼ਬਦ ਯੂਜ਼ ਕਰਦੇ ਹਾਂ, ਇਹਦਾ ਟ੍ਰਾਂਸਲੇਸ਼ਨ ਪੰਜਾਬੀ 'ਚ ਬਣਦੀ ਹੈ ਸੱਭਿਆ ਮਨੁੱਖ ਹੋਣ, ਸਿਵਿਲਾਈਜ਼ਡ ਹੋਣ। ਉਹਦੇ 'ਚ ਪਹਿਲਾਂ ਕਿਹਾ ਜਾਂਦਾ ਸੀਗਾ ਆਹ ਬੱਚਾ ਇਹਦੀ ਤਾਰੀਫ ਕਰੋ, ਕਿਉਂ? ਕਿਉਂਕਿ ਹੀ ਹੈਜ਼ ਰੀਅਲੀ ਗੁੱਡ ਵੈਲਿਊਜ਼, ਗੁੱਡ ਮੈਨਰਸ। ਹੁਣ ਲੋਕ ਕਹਿੰਦੇ ਨੋ ਨੋ ਨੋ, ਇਹਦੀ ਤਾਰੀਫ ਕਰੋ, ਹੀ ਇਜ਼ ਏ ਵੈਲ ਰੇਜ਼ਡ ਕਿੱਡ। ਇਹ ਹੈ ਤਾਂ ਮਿੱਟੀ ਹੈ ਜਿਵੇਂ ਮਿੱਟੀ ਦੂਜੀ ਹੁੰਦੀ ਹੈ, ਪਰ ਕਿਸੇ ਨੇ ਬਣਾਈ ਬੜੀ ਵਧੀਆ। ਇਹ ਉਹਨਾਂ ਹੱਥਾਂ ਨੂੰ ਮਾਣ ਜਿਹਨੇ ਘੜਿਆ ਇਸ ਨੂੰ, ਇਹ ਹੈ ਵੈਲ ਰੇਜ਼ਡ ਕਿੱਡ। ਜਿਹੜੇ ਸੱਭਿਅਕ ਹੋਣਾ, ਇੱਥੋਂ ਸੱਭਿਅਕ ਤੋਂ ਹੀ ਸੱਭਿਆਚਾਰਕ ਚੀਜ਼ਾਂ ਬਣੀਆਂ ਨੇ। ਆ ਸੱਭਿਆਚਾਰ ਨਹੀਂ ਨੱਚਣ ਟੱਪਣ ਵਾਲਾ, ਇਹ ਇੱਕ ਛੋਟਾ ਪਾਰਟ ਆ, ਇਹ ਬਹੁਤ ਛੋਟੀ ਜਿਹੀ ਚੀਜ਼ ਆ ਸੱਭਿਆਚਾਰ। ਆਪਾਂ ਕੁੜਤਾ ਪਜਾਮਾ ਪਾਉਂਦੇ ਹਾਂ, ਉਹ ਪੈਂਟਾਂ ਪਾਉਂਦੇ ਨੇ, ਉਹ ਇਸ ਤਰੀਕੇ ਨਾਲ, ਇਹ ਵੀ ਸੱਭਿਆਚਾਰ, ਇਹ ਇੱਕ ਛੋਟਾ ਪਾਰਟ ਆ। ਸੱਭਿਆਚਾਰ ਦਾ ਵੱਡਾ ਵਾਸਟ ਪਿਕਚਰ ਜਿਹੜੀ ਹੈ ਉਹ ਕਈ ਵਾਰੀ ਸਾਰੀ ਮਾਈਨਸ ਹੋ ਗਈ ਸਾਡੇ ਕੋਲ। ਸੱਭਿਅਕ ਹੋਣਾ, ਬੁੱਢ ਸਿਵਿਲਾਈਜ਼ਡ ਹੋਣਾ ਉਸ ਤਰੀਕੇ ਨਾਲ, ਇਹਦੇ 'ਚ ਜਦੋਂ ਅਸੀਂ ਲਿਟਰੇਚਰ 'ਚ ਪੜ੍ਹਦੇ ਹਾਂ ਵੀ ਯੂਜ਼ 3 words ਫੋਰ ਦੈਟ ਸੱਭਿਆਚਾਰ। ਨੰਬਰ 1 ਇਜ਼ ਦਸਤਾਰ, ਨੰਬਰ 2 ਇਜ਼ ਗੁਫਤਾਰ, ਨੰਬਰ 3 ਇਜ਼ ਰਫਤਾਰ। ਪਹਿਲਾ ਹੈ ਦਸਤਾਰ। ਦਸਤਾਰ ਮੀਨ, ਜੇ ਦਸਤਾਰ ਪੱਗ ਨੂੰ ਕਹਿੰਦੇ ਹਾਂ, ਬਿਨ ਮੀਨ ਫਿਜ਼ੀਕਲ ਅਪੀਅਰੈਂਸ। ਫਿਜ਼ੀਕਲ ਅਪੀਅਰੈਂਸ ਆ, ਬੱਚੇ 'ਚ ਇੱਕ ਸੈਂਸ ਹੋਣੀ, ਮੈਂ ਗੁਰਦੁਆਰਾ ਸਾਹਿਬ ਚੱਲਾਂ ਮੈਨੂੰ ਕਿਵੇਂ ਡਰੈਸਅਪ ਹੋਣਾ ਚਾਹੀਦਾ, ਮੈਂ ਕਿਤੇ ਜੋਬ 'ਤੇ ਚੱਲਾਂ ਮੈਨੂੰ ਕਿਵੇਂ ਡਰੈਸਅਪ ਹੋਣਾ ਚਾਹੀਦਾ, ਮੈਂ ਸੋਸਾਇਟੀ ਜਾਣਾ ਕਿਵੇਂ ਡਰੈਸਅਪ ਹੋਣਾ ਚਾਹੀਦਾ। ਸੱਭਿਅਕ ਇੱਥੋਂ ਚੀਜ਼, ਉਹਦੀ ਦਸਤਾਰ, ਉਹਦੀ ਫਿਜ਼ੀਕਲ ਅਪੀਅਰੈਂਸ। ਓਕੇ, ਇੱਕ ਹੋ ਗਈ। ਦੂਸਰੀ ਗੁਫਤਾਰ, ਗੁਫਤਗੂ, ਵੈਨ ਆਮ ਗੋਨਾ ਸੇ ਔਰ ਐਕਚੁਲੀ ਯੂ ਕੈਨ ਸੇ ਪ੍ਰੋਡਿਊਸ ਸਮ ਵਰਡਸ ਔਰ ਸਾਊਂਡਸ, ਇਹ ਕਿਵੇਂ ਲੱਗਣਗੇ। ਇੱਥੋਂ ਫਿਰ ਗੱਲਾਂ ਇਸ ਤਰੀਕੇ ਨਾਲ ਆਉਂਦੀਆਂ, ਇਹ ਸਾਰਾ ਪਾਰਟ ਔਫ ਸਾਡੀ ਅਪਬ੍ਰਿੰਗਿੰਗ ਦਾ।
ਜਦੋਂ ਇਹਦੇ 'ਤੇ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਇਸ ਤਰ੍ਹਾਂ ਜਾਣੀਏ ਸਾਡੇ ਕੋਲ ਹੁਣ ਤਾਂ ਇਸ ਤਰੀਕੇ ਦੀਆਂ ਸਟੱਡੀਜ਼ ਆ ਗਈਆਂ ਨੇ, ਪਰ ਅਨਫੋਰਚੁਨੇਟ ਪਾਰਟ ਹੈ ਜਿਵੇਂ ਕਿ ਕਿਹੜੀ ਚੀਜ਼ ਇੱਕੋ ਜ਼ਿਆਦਾ ਕਰਦੀ ਹੈ, ਜ਼ਿਆਦਾ ਬੋਲਦੀ ਹੈ। ਹੁਣ ਜਿਹੋ ਜਿਹੀ ਦੁਨੀਆਂ 'ਚ ਰਹਿ ਰਹੇ ਹਾਂ, ਵੱਡੀਆਂ ਵੱਡੀਆਂ ਟੀਵੀ ਦੀਆਂ ਸਕਰੀਨਾਂ ਲੱਗੀਆਂ ਨੇ, ਹਰ ਸਕਰੀਨ ਚੱਲ ਰਹੀ ਹੈ, ਮਤਲਬ ਜਿਹੜੀ ਹੈ ਕੋਮੇਡੀ ਅਤੇ ਹੋਰ ਚੀਜ਼ਾਂ, ਹਾਹਾ ਹੂ ਹੂ ਇਤਨੀ ਜ਼ਿਆਦਾ ਹੋ ਚੁੱਕੀ ਹੈ। ਸਿੰਸੀਅਰ ਚੀਜ਼ਾਂ ਬਾਰੇ, ਨਾ ਪੜ੍ਹਨ ਬਾਰੇ, ਨਾ ਸੁਣਨ ਬਾਰੇ ਕੋਈ ਸਾਨੂੰ ਉਹ ਹੈ ਨਹੀਂ, ਉਹਦੇ ਕਰਕੇ ਚੀਜ਼ਾਂ ਚੱਲੀਆਂ ਗਈਆਂ। ਅਦਰਵਾਈਜ਼ ਲੌਂਗ ਰਨ ਦੇ ਵਿੱਚ ਦੇਖੋਗੇ ਨਾ, ਬੱਚੇ ਦਾ ਡਾਕਟਰ ਬਣਨਾ, ਬੱਚੇ ਦਾ ਇੰਜੀਨੀਅਰ ਬਣਨਾ, ਦਾ ਲਾਇਰ ਬਣਨਾ, ਇਹ ਕੁਛ ਵੀ ਨਹੀਂ ਜੇ ਉਹਨੂੰ ਕੰਪੈਰੀਟਿਵਲੀ ਜ਼ਿੰਦਗੀ ਜੀਣੀ ਨਹੀਂ ਆਉਂਦੀ ਸਹੀ ਢੰਗ ਨਾਲ। ਮੈਂ ਵੀਕਲੀ ਬੇਸਿਸ ਦੇ ਉੱਤੇ ਮਤਲਬ ਐਵਰੇਜ ਲੈਵਲ 'ਤੇ ਐਟਲੀਸਟ 2 ਡਾਕਟਰਸ ਦੀ ਕਾਉਂਸਲਿੰਗ ਕਰਦਾ ਹੈ ਵੀਕਲੀ ਬੇਸਿਸ 'ਤੇ। ਤੁਸੀਂ ਦੇਖੋ ਇਹ, ਉਹਦੇ ਵਿੱਚ ਕੋਈ ਤੁਸੀਂ ਕਿਉਂਕਿ ਫਿਜੀਸ਼ੀਅਨਸ ਹੋਣਗੇ, ਫੋਰਗੈਟ ਅਬਾਊਟ ਇਟ, ਸਾਈਕੈਟ੍ਰਿਸਟ, ਸਪੈਸ਼ਲਿਸਟ, ਯੂ ਨੇਮ ਇਟ, ਅਤੇ ਉਹਨਾਂ ਤੋਂ ਜੋ ਤੁਸੀਂ ਉਹ ਪੂਰੇ ਨੂੰ ਸਕਰੀਨਿੰਗ ਕਰੋਗੇ, ਤੁਹਾਨੂੰ ਪਤਾ ਲੱਗੇਗਾ ਪ੍ਰੋਬਲਮਸ ਕਿਤੇ ਹੋਰ ਨਹੀਂ ਗੀਆਂ, ਬਿਹੇਵੀਅਰਲ ਇਸ਼ੂਜ਼ ਨੇ। ਕਿਉਂਕਿ ਬਿਹੇਵੀਅਰ ਦੇ ਵਿੱਚ ਜਿਹੜੀ ਚੀਜ਼ਾਂ ਨੇ ਉੱਥੋਂ ਤੰਗ ਕਰਦੀਆਂ। ਮੈਂ ਚਾਹੁੰਦਾ ਵਾਂ ਮੇਰੀ ਰਿਸਪੈਕਟ ਹੋਏ, ਪਰ ਰਿਸਪੈਕਟ ਡਿਫਾਈਨ ਕਿਵੇਂ ਹੁੰਦੀ ਹੈ ਮੈਨੂੰ ਨਹੀਂ ਪਤਾ, ਉਹਦੀ ਪਰਿਭਾਸ਼ਾ ਕੀ ਹੈ। ਮੈਂ ਕਹਿੰਦਾ ਇੱਜ਼ਤ ਹੋਏ, ਇੱਜ਼ਤ ਦੀ ਪਰਿਭਾਸ਼ਾ ਮੈਨੂੰ ਨਹੀਂ ਪਤਾ। ਮੈਂ ਕਹਿੰਦਾ ਮੈਨੂੰ ਸਾਰੇ ਲਾਇਕ ਕਰਨ, ਲਾਇਕ ਦੀ ਪਰਿਭਾਸ਼ਾ ਮੈਨੂੰ ਨਹੀਂ ਪਤਾ। ਮੈਂ ਕਹਿੰਦਾ ਮੇਰੀ ਗੱਲ ਸੁਣੀ ਜਾਏ, ਪਰ ਮੇਰੀ ਗੱਲ ਸੁਣਨ ਵਾਸਤੇ ਜਿਹੜਾ ਕ੍ਰਾਈਟੀਰੀਆ, ਉਹਦੀ ਡੈਫੀਨੇਸ਼ਨ ਮੈਨੂੰ ਨਹੀਂ ਪਤਾ। ਇਹ ਸਾਰਾ ਗੁਰੂ ਕਰਦਾ ਜੀ। ਗੁਰੂ ਤੁਹਾਨੂੰ ਸੰਸਾਰ ਦੇ ਵਿੱਚ ਜੀਵਨ ਜਾਚ ਸਿਖਾਉਂਦਾ, ਵੇ ਆਫ ਲਾਈਫ, ਇਹ ਗੁਰੂ ਦਾ ਕਾਰਜ ਆ। ਇੱਥੇ ਸਾਰਾ ਸਪਿਰਚੁਅਲ ਚੀਜ਼ ਆਉਂਦੀ ਹੈ। ਅਧਿਆਤਮਿਕਤਾ ਜਿਹੜੀ ਹੈ ਨਾ, ਇਹ ਕੋਈ ਵਿਖਾਵੇ ਦੀ ਚੀਜ਼ ਨਹੀਂ ਗੀ। ਮਤਲਬ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਆਗੋਸ਼ 'ਚ ਬੈਠੇ ਹੋ, ਬਾਬਾ ਕਬੀਰ ਜੀ ਕਹਿੰਦੇ, ਕਬੀਰ ਵੈਸ਼ਨੋ ਹੋਆ ਤੋ ਕਿਆ ਬਿਆ, ਮਾਲਾ ਮੇਲੀ ਚਾਰ। ਅਸੀਂ ਵਰਡ ਯੂਜ ਕਰਦੇ ਹਾਂ ਆਮ ਕਰਕੇ ਫਲਾਂ ਬੰਦਾ, ਇਹ ਵੈਸ਼ਨੋ ਹੈ ਜੀ। ਤੁਹਾਨੂੰ ਪਤਾ ਵੈਸ਼ਨੋ ਨੂੰ ਥੋੜ੍ਹਾ ਅਸੀਂ ਸਤਿਕਾਰ ਦਿੰਦੇ ਹਾਂ, ਇਹਦਾ ਖਾਣ ਪਾਣ ਦੂਜਿਆਂ ਨਾਲੋਂ ਵੱਖਰਾ ਆ, ਇਹ ਵੈਸ਼ਨਵ ਭੋਜਨ ਖਾਂਦਾ ਹੈ। ਵੈਸ਼ਨਵ ਸਿਰਫ ਭੋਜਨ ਨਹੀਂ ਹੁੰਦਾ, ਵੈਸ਼ਨਵ ਇੱਕ ਕੰਪਲੀਟ ਜਾਚ ਹੁੰਦੀ ਸੀ ਜੀਵਨ ਦੀ। ਲੋਕੀ ਕਹਿੰਦੇ ਸੀ ਅਸੀਂ ਵੈਸ਼ਨੋ ਹੁੰਦੇ ਹਾਂ ਜੀ, ਵੈਸ਼ਨਵ। ਉਹ ਵੈਸ਼ਨਵ ਅੱਛਾ ਕਿਵੇਂ ਬਣੋਗੇ ਤੁਸੀਂ? ਉਹਦੇ ਲਈ ਇੱਕ ਪੂਰਾ ਕ੍ਰਾਈਟੀਰੀਆ ਫੋਲੋ ਕੀਤਾ ਜਾਂਦਾ, ਪਰ ਉਹਨਾਂ ਦੀ ਪਹਿਚਾਣ ਕੀ ਹੈ? ਉਹ ਕਹਿੰਦੇ ਵੈਸ਼ਨੋ ਦੀ ਪਹਿਚਾਣ ਇਹ ਹੋਏਗੀ, ਵੈਸ਼ਨੋ ਹੋਆ ਤੋ ਕਿਆ ਭਇਆ, ਮਾਲਾ ਮੇਲੀ ਚਾਰ। ਗੁਰੂ ਸਾਹਿਬ ਦੀਆਂ ਕਾਲਪਨਿਕ ਫੋਟੋਆਂ ਦੇਖਿਓ, ਉਹਨਾਂ ਫੋਟੋਆਂ 'ਚ ਤੁਹਾਨੂੰ ਚਾਰ ਮਾਲਾਵਾਂ ਮਿਲਣਗੀਆਂ ਘੱਟ ਤੋਂ ਘੱਟ, ਚੌਮਾਲੇ। ਗੁਰੂ ਸਾਹਿਬ ਦੇ ਚਿੱਤਰ ਧਿਆਨ ਨਾਲ ਦੇਖਿਆ, ਪਹਿਲੀ ਮਾਲਾ ਹੋਏਗੀ ਸਿਰ ਦੇ ਉੱਤੇ ਇੱਥੇ ਪਾਈ ਹੋਈ, ਧਿਆਨ ਨਾਲ ਦੇਖਿਓ ਜੀ ਕਦੇ। ਦੂਜੀ ਮਾਲਾ ਹੋਏਗੀ ਗਲ ਦੇ ਵਿੱਚ, ਤੀਜੀ ਮਾਲਾ ਹੋਏਗੀ ਗੁੱਟ ਦੇ ਉੱਤੇ, ਚੌਥੀ ਹੋ ਗਈ ਹੱਥ ਦੇ ਵਿੱਚ, ਚੌਮਾਲੇ। ਚਾਰ ਮਾਲਾ ਹੋ ਗਈਆਂ, ਵੈਸ਼ਨਵ ਹੋ ਗਿਆ। ਬਾਬਾ ਕਬੀਰ ਜੀ ਕਹਿੰਦੇ ਵਿਖਾਵੇ ਦਾ ਧਰਮ ਨਹੀਂ ਹੁੰਦਾ, ਧਰਮ ਤਾਂ ਪਤਾ ਲੱਗੇਗਾ ਜਦੋਂ ਵਰਤੇਗਾ ਤੂੰ। ਉਹਦੇ ਵਿੱਚ ਜੇ ਮੇਰੇ ਅੰਦਰ ਗੁਰੂ ਕਾ ਨਾਦ ਹੈ, ਮੈਂ ਕੰਟੈਂਟ ਹੈਗਾ ਅੰਦਰੋਂ, ਉਹ ਕੰਟੈਂਟਮੈਂਟ ਬਾਹਰ ਨਜ਼ਰ ਪਏਗੀ। ਮੇਰੇ ਕੋਲ ਬੈਠਿਆਂ ਕਿਸੇ ਨੂੰ ਅਹਿਸਾਸ ਹੋਏਗਾ ਮੈਂ ਕਿਸੇ ਭਰੇ ਕੋਲ ਬੈਠਾ ਵਾਂ, ਖਾਲੀ ਕੋਲ ਨਹੀਂ। ਗੁਰਮੁਖ ਨਾਦ, ਗੁਰਮੁਖ ਵੇਦੰ, ਮੈਂ ਮੂੰਹ ਖੋਲਾਂਗਾ ਉਹਦੇ ਵਿੱਚੋਂ ਬਚਨ ਕਾਰਗਰ ਆਉਣਗੇ। ਰਿਹਾ ਸਮਾਈ, ਇਹ ਕਿਤੋਂ ਮੈਨੂੰ ਇੱਥੋਂ ਲੱਭ ਜਾਏਗਾ, ਇੱਥੋਂ ਲੱਭ ਜਾਏਗਾ।
ਜਿਹੜਾ ਅਜੀਬ ਤਰ੍ਹਾਂ ਦੀ ਹਾਲਤ ਆ, ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਸੋਸਾਇਟੀ ਦੇ ਵਿੱਚ ਕੁਝ ਫਿਨੋਮੀਨਾਜ਼ ਮਿਲਣਗੇ। ਇੱਕ ਵਾਰੀ ਲੋਕ ਇਹੋ ਜਿਹੀ ਚੀਜ਼ਾਂ ਨੂੰ ਫੋਲੋ ਕਰਨਗੇ, ਦੂਜੀ ਵਾਰੀ ਇਹੋ ਜਿਹੀਆਂ ਨੂੰ, ਤੀਜੀ, ਕਿਉਂਕਿ ਲੋਕ ਲੱਭ ਰਹੇ ਵਿਚਾਰੇ। ਬਾਬਾ ਜੀ ਕਹਿੰਦੇ ਸਮਾਇਆ ਹੋਇਆ, ਸਭ ਜਗ੍ਹਾ 'ਤੇ ਮੌਜੂਦ ਆ। ਇਹ ਪੰਕਤੀ ਇੱਥੋਂ ਆ ਗਈ। ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਆਪਣੇ ਕੋਲ ਫਿਰ ਟਾਈਮ ਨਹੀਂ, ਅੱਜ ਵੀ ਆਪ ਤਾਂ ਇਸੇ ਪੌੜੀ 'ਤੇ ਰਹਿ ਜਾਵਾਂਗੇ। ਨਹੀਂ ਤਾਂ ਓਨਲੀ ਥਰੂ ਗੁਰੂ ਦੈਟ ਵੀ ਹੀਅਰ ਦ ਸ਼ਬਦ ਹਿਜ਼ ਸਾਊਂਡ ਐਂਡ ਅਟੇਨ ਨੌਲੇਜ ਥਰੂ ਗੁਰੂ ਵੀ ਲਰਨ ਦੈਟ ਡਿਵਾਈਨ ਇਜ਼ ਪਰਮਿਸਿਵ, ਜਿਹੜਾ ਚਾਰ ਚੁਫੇਰੇ ਮੌਜੂਦ ਆ। ਅਗਲੀ ਪੰਕਤੀ 'ਤੇ ਆ ਜਾਈਏ। ਹਜ਼ਾਰਾਂ ਸਾਲ ਦੀ ਭਾਰਤੀ ਸੱਭਿਅਤਾ ਨੇ ਜੋ ਪ੍ਰੋਡਿਊਸ ਕੀਤਾ ਉਹ ਇੱਕ ਵੱਡਾ ਮਿਥਿਓਲੋਜੀ ਦਾ ਰੂਪ ਸੀਗਾ, ਜਿਹਦੇ 'ਚ ਇਸ ਤਰੀਕੇ ਦੇ ਕਰੈਕਟਰ ਸੀਗੇ ਜਿਨ੍ਹਾਂ ਦੀ ਪੂਜਾ ਅਰਚਨਾ ਆਸਥਾ ਅੱਜ ਵੀ ਲੋਕ ਵੱਡੇ ਪੱਧਰ 'ਤੇ ਕਰਦੇ। ਇੱਥੇ ਬਚਨ ਆਇਆ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ। ਥਿਓਲੋਜੀਕਲ ਸਟੱਡੀਜ਼ ਦੇ ਵਿੱਚ ਜਿਹੜੇ ਲੋਕ ਖਾਸ ਇੱਕ ਇੰਸਟੀਟਿਊਸ਼ਨ ਨੂੰ ਫੋਲੋ ਕਰਦੇ ਨੇ ਉਹਨਾਂ ਦਾ ਉਚਾਰਨ ਥੋੜ੍ਹਾ ਜਿਹਾ ਡਿਫਰ ਹੋਏਗਾ ਇਹਦੇ ਨਾਲੋਂ, ਤੁਸੀਂ ਕਿਤੇ ਸੁਣਿਆ ਵੀ ਹੋਏ, ਮੈਂ ਸਿਰਫ ਟੂਕ ਮੰਤਰ ਬਿਆਨ ਕਰ ਦਿੰਦਾ। ਗੁਰ ਈਸ਼ਰ ਗੁਰ ਗੋਰਖ, ਉਹ ਕਹਿਣਗੇ ਵਰਮਾ ਗੁਰ ਅਤੇ ਪਾਰਵਤੀ ਮਾਈ। ਅਕੈਡੈਮਿਕ ਲੈਵਲ 'ਤੇ ਅਤੇ ਜਿਹੜਾ ਗੁਰਮਤਿ ਸਕੂਲ ਆਫ ਥਾਟ ਨੂੰ ਗੁਰਬਾਣੀ ਦੇ ਆਸ਼ੇ ਨਾਲ ਸਮਝਣ ਵਾਲੀ ਗੱਲ ਆ, ਉਹਦੇ 'ਚ ਕਿਹਾ ਗਿਆ ਨਹੀਂ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ, ਗੋਰਖ ਵਰਮਾ ਇਕੱਠਾ ਅਤੇ ਗੁਰ ਪਾਰਵਤੀ ਮਾਈ ਅਲੱਗ, ਇਸ ਤਰੀਕੇ ਨਾਲ ਉਚਾਰਨ ਹੁੰਦਾ। ਈਸ਼ਰ ਸ਼ਿਵ ਨੂੰ ਕਿਹਾ ਗਿਆ ਆ, ਗੋਰਖ ਵਿਸ਼ਨੂੰ ਨੂੰ ਵੀ ਕਿਹਾ ਗਿਆ, ਪਰ ਹੋਰ ਵੀ ਨਾਥਾਂ ਦੀਆਂ ਪਰੰਪਰਾਵਾਂ ਦੇ ਵਿੱਚ ਵੀ, ਪਰ ਇੱਥੇ ਉਹਦੀ ਬਾਤ ਹੋ ਰਹੀ ਹੈ। ਵਰਮਾ ਡੈਫੀਨੇਟਲੀ ਇੱਕ ਜਿਹਨੂੰ ਬ੍ਰਹਮਾ ਕਿਹਾ ਜਾਂਦਾ, ਉਹ ਜਿਹਨੇ ਕਹਿੰਦੇ ਨੇ ਸੰਸਾਰ ਦੀ ਕ੍ਰੀਏਸ਼ਨ ਕੀਤੀ ਹੈ। ਵਨ ਇਜ਼ ਕ੍ਰੀਏਟਰ, ਸੈਕਿੰਡ ਇਜ਼ ਕੇਅਰ ਟੇਕਰ ਐਂਡ ਥਰਡ ਇਜ਼ ਡਿਸਟਰੋਇਰ, ਇਸ ਤਰੀਕੇ ਨਾਲ ਟ੍ਰਿਨਿਟੀ ਦੇ ਰੂਲ। ਇਸ ਨੂੰ ਥੋੜ੍ਹਾ ਅੱਗੇ ਜਾ ਕੇ ਜਪਜੀ ਸਾਹਿਬ ਵਿੱਚ ਵਿਸਥਾਰ 'ਚ ਪੜ੍ਹਾਂਗੇ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾ। ਬਾਬਾ ਜੀ ਨੇ ਕਿਹਾ ਮੈਨੂੰ ਕਿਸੇ ਸ਼ਿਵ, ਕਿਸੇ ਗੋਰਖ, ਕਿਸੇ ਪਾਰਵਤੀ ਮਾਈ ਨਾਲ ਨਾ ਗਿਲਾ, ਨਾ ਇਤਰਾਜ਼, ਨਾ ਮੇਰਾ ਉਹਨਾਂ ਨਾਲ ਉਸ ਆਸਥਾ ਦਾ ਵਾਸਤਾ। ਜਦੋਂ ਮੈਂ ਗੁਰੂ ਸਕੂਲ ਆਫ ਥਾਟ ਨੂੰ ਸਮਝਿਆ, ਮੇਰੇ ਲਈ ਗੁਰੂ ਹੀ ਈਸ਼ਰ, ਗੁਰੂ ਹੀ ਬ੍ਰਹਮਾ ਹੈ, ਗੁਰੂ ਹੀ ਗੋਰਖ ਹੈ, ਅਤੇ ਗੁਰੂ ਹੀ ਮੇਰੇ ਲਈ ਸਭ ਤੋਂ ਵੱਡੀ ਮਹਾਮਾਇਆ ਹੈ। ਗੁਰੂ ਦੇ ਜ਼ਰੀਏ ਹੀ ਮੈਂ ਇਹਨਾਂ ਚੀਜ਼ਾਂ ਦੇ ਨਾਲ ਆਪਣੀ ਜਿਹੜੀ ਹੈ ਸਾਂਝ ਪਾਈ। ਮੁਰਾਦ ਏ ਮੈਨੂੰ ਇਹਨਾਂ ਚੀਜ਼ਾਂ ਦੀ ਉਸ ਤਰੀਕੇ ਦੀ ਆਈਡੀਅਲ ਵਰਸ਼ਿਪ ਦੀ ਲੋੜ ਨਹੀਂ ਹੈ। ਇੱਥੇ ਇੱਕ ਉਸਾਰੀ ਹੈ। ਗੁਰੂ ਨਾਨਕ ਸਾਹਿਬ ਦਾ ਸਮਾਂ 16ਵੀਂ ਸਦੀ ਦਾ ਸਮਾਂ ਹੈ। ਬਾਬਾ ਜੀ ਉਸ ਵਕਤ ਦੇ ਅੰਦਰ ਆਹ ਚੀਜ਼ ਦੱਸ ਰਹੇ ਨੇ ਉਸ ਖਿੱਤੇ ਦੇ ਲੋਕਾਂ ਨੂੰ, ਜਿਹੜੇ ਲੋਕ ਇਹਦੇ ਪਿੱਛੇ ਅੱਜ ਵੀ ਇਹ ਗੱਲ ਨਹੀਂ ਹੋ ਸਕਦੀ 21ਵੀਂ ਸਦੀ ਦੇ ਵਿੱਚ ਵੀ, ਉਹ ਕਹਿੰਦੇ ਹਾਓ ਕੈਨ ਯੂ ਸੇ ਦੈਟ। ਬਾਬਾ ਜੀ ਕਹਿੰਦੇ ਸਾਡੀ ਆਸਥਾ ਦੇ ਵਿੱਚ ਗੁਰੂ ਹੀ ਸਾਡੇ ਲਈ ਸ਼ਿਵ ਹੈ, ਗੁਰੂ ਹੀ ਸਾਡੇ ਲਈ ਗੋਰਖ ਹੈ, ਬ੍ਰਹਮਾ ਹੈ, ਅਤੇ ਗੁਰੂ ਹੀ ਸਾਡੇ ਲਈ ਪਾਰਵਤੀ ਮਾਈ ਹੈ। ਇਸ ਰੂਪ ਵਿੱਚ ਗੁਰੂ ਦਾ ਰੁਤਬਾ ਡਿੱਗ ਰਿਹਾ। ਮੈਂ ਇਸ ਸਕੂਲ ਆਫ ਥਾਟ ਨੂੰ ਨਹੀਂ ਛੱਡ ਸਕਦਾ, ਮੈਂ ਬਾਕੀ ਸਭ ਕੁਝ ਛੱਡ ਸਕਦਾ। ਅਸੀਂ ਉਹਨੂੰ ਬਚਨ ਪੜ੍ਹਦੇ ਹਾਂ, ਹਾਂ ਤੋ ਏਕ ਰਮਈਆ ਲੈ ਹੋ ਆਨ ਦੇਵ ਬਦਲਾਵਨ ਦੇ ਹਾਂ। ਆਈ ਕੈਨ ਲੀਵ ਈਚ ਐਂਡ ਐਵਰੀਥਿੰਗ ਬਟ ਆਈ ਕੈਨ ਨੋਟ ਲੀਵ ਗੁਰੂਜ਼ ਸਕੂਲ ਆਫ ਥਾਟ, ਬਿਕੋਜ਼ ਇਹ ਮੇਰੇ ਲਈ ਸਭ ਤੋਂ ਲਾਜ਼ਮੀ ਜ਼ਰੂਰੀ ਹੈ। ਉਹਦੀ ਬਾਤ ਇਹਦੇ ਵਿੱਚ ਕੀਤੀ ਗਈ ਹੈ। ਅੱਗੇ ਚੱਲੀਏ। ਹਾਂ, ਇਗਜ਼ਾਮਪਲਸ ਦੇ ਰੂਪ ਵਿੱਚ ਮੈਂ ਕੁਛ ਚੀਜ਼ਾਂ ਲੈ ਕੇ ਆਇਆ ਸੀਗਾ। ਮੈਂ ਕਿਹਾ ਕਈ ਵਾਰੀ ਹੁੰਦਾ ਵੀ ਭਾਈ ਸਾਹਿਬ ਆਪਣੇ ਕੋਲ ਗੱਲਾਂ ਕਰੀ ਜਾਂਦੇ, ਬਹੁਤ ਕੁਝ ਕਿਹਾ ਜਾ ਸਕਦਾ, ਇੱਕ ਇੱਕ ਚੀਜ਼ ਨੂੰ ਐਕਸਪਲੇਨ ਕੀਤਾ ਜਾ ਸਕਦਾ ਆ। ਭਾਈ ਗੁਰਦਾਸ ਜੀ ਦੀ ਪੌੜੀ ਆ, ਇਸ ਪੌੜੀ ਨੂੰ ਬਹੁਤ ਸਾਰੀਆਂ ਹੋਰ ਪੌੜੀਆਂ, ਪਰ ਆਹ ਵੀ ਆ, ਬ੍ਰਹਮਾ ਵਿਸ਼ਨੂੰ ਮਹੇਸ਼ ਬਿਸਨੈ ਦਸ ਅਵਤਾਰ ਨਾਮ ਗਣਾਇਆ, ਕਰ ਕਰ ਅਸੁਰ ਸੰਹਾਰ ਵਾਦ ਵਧਾਇਆ, ਬ੍ਰਹਮੈ ਵੇਦ ਵਿਚਾਰ ਆਖ ਸੁਣਾਇਆ, ਮਨ ਅੰਦਰ ਅਹੰਕਾਰ ਜਗਤ ਉਪਾਇਆ, ਮਹਾਂਦੇਵ ਲਾਏ ਤਾਰ ਤਾਮਸਤਾਇਆ, ਗੁਰਮੁਖ ਮੋਖ ਦੁਆਰ ਆਪ ਗਵਾਇਆ। ਜਾਂ ਗੁਰਬਾਣੀ ਦਾ ਬਚਨ ਹੈ, ਮਹਿਮਾ ਨਾ ਜਾਣੈ ਵੇਦ ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਜਿਹੜਾ ਪਹਿਲਾ ਬਚਨ ਕਿਹਾ ਗਿਆ,
ਕਰ ਕਰ ਅਸੁਰ ਸੰਘਾਰ ਵਾਦ ਵਧਾਇਆ। ਵਾਦ ਕਹਿੰਦੇ ਨੇ ਇਜ਼ਮ, ਇਜ਼ਮ ਜਿਵੇਂ ਸਿੱਖਇਜ਼ਮ, ਹਿੰਦੂਇਜ਼ਮ, ਮਾਰਕਸਿਜ਼ਮ, ਇਜ਼ਮ ਵਾਦ। ਇਹ ਵਾਦ ਜਿਹੜੇ ਨਾ ਉੱਚੀ ਕੂਕੈ ਵਾਦਾਂ ਗਾਵੈ ਜੋਧਾਂ ਕਾ ਵਿਚਾਰ, ਉੱਚੀ ਕੂਕੈ ਵਾਦਾਂ ਗਾਵੈ। ਧਰਤੀ 'ਤੇ ਇੱਕ ਅਜੀਬ ਤਰ੍ਹਾਂ ਦਾ ਸਾਊਂਡ, ਮੈਂ ਕਿਹਾ ਇੱਕੋ ਜਿਹਦਾ ਸਾਊਂਡ ਜ਼ਿਆਦਾ ਹੋਏਗਾ ਉਸਨੂੰ ਤੁਸੀਂ ਉਹ ਅਪੀਲ ਕਰ ਜਾਏਗਾ। ਆਪੋ ਆਪਣਾ ਵਾਦ ਇਜ਼ਮ ਗਾਇਆ ਜਾ ਰਿਹਾ, ਅਤੇ ਇਤਨਾ ਜ਼ਿਆਦਾ ਇਜ਼ਮ ਗਾਇਆ ਜਾ ਰਿਹਾ ਆ ਕਿ ਅਸਲ ਦਾ ਪਤਾ ਹੀ ਨਹੀਂ ਲੱਗਦਾ। ਉਸ ਇਜ਼ਮ ਵਿੱਚ ਹੀ ਲੋਕ ਗਵਾਚ ਗਏ ਨੇ। ਮੇਰਾ ਆਹ ਇਜ਼ਮ ਹੈ, ਤੇਰਾ ਇਜ਼ਮ ਕਿਹੜਾ ਆ, ਵਟ ਇਜ਼ਮ ਡੂ ਯੂ ਫੋਲੋ। ਇਹਨਾਂ ਚੀਜ਼ਾਂ ਦੇ ਵਿੱਚ ਜਦੋਂ ਡੀਪ ਲੈਵਲ 'ਤੇ ਬਾਤ ਕਰਾਂਗੇ, ਸਾਨੂੰ ਐਜ਼ ਏ ਹਿਊਮਨ ਆਪਣੀ ਉਸਾਰੀ ਕਰਨ ਦੀ ਲੋੜ ਆ, ਅਤੇ ਉਹਦੇ ਲਈ ਸਾਨੂੰ ਗੁਰ ਚਾਹੀਦਾ ਆ। ਗੁਰ ਡੀਪ ਲੈਵਲ 'ਤੇ ਇਹ ਵੀ ਹੈ ਇੱਕ ਮੈਥਡ, ਜਿਹੜਾ ਤੁਹਾਡੀ ਜਿਹੜੀ ਇਨਰ ਪਰਸੋਨਾ ਆ, ਤੁਹਾਡਾ ਇਨਰ ਇੰਸਟਿੰਕਟ ਆ, ਉਹਦੀ ਘਾੜਤ ਘੜ ਸਕੇ। ਮਹਾਰਾਜ ਕਹਿੰਦੇ ਉਹ ਸਿਰਫ ਗੁਰ ਸ਼ਬਦ ਹੀ, ਨਾਦ ਹੀ ਘੜੇਗਾ, ਉਹ ਵੇਦ ਹੀ ਘੜੇਗਾ, ਉਹ ਸਮਾਏ ਹੋਏ ਦਾ ਗਿਆਨ ਹੀ ਘੜੇਗਾ, ਉਹਦੀ ਗੱਲ ਕੀਤੀ ਗਈ ਇਹਦੇ ਅੰਦਰ ਉਸ ਰੂਪ ਦੇ ਵਿੱਚ। ਹੁਣ ਆ ਜਾਓ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਏ। ਅੱਛਾ, ਦੇਖੋ ਬਾਬਾ ਜੀ ਨੂੰ ਪੁੱਛੇ, ਬਾਬਾ ਜੀ ਤੁਹਾਨੂੰ ਤਾਂ ਪਤਾ ਲੱਗ ਗਿਆ ਨਾ ਅਸਲੀਅਤ ਦਾ, ਅਤੇ ਤੁਸੀਂ ਤਾਂ ਹੁਣ ਸਾਰੀ ਅਸਲੀਅਤ ਬਿਆਨ ਕਰ ਦਿੱਤੀ। ਬਾਬਾ ਜੀ ਕਹਿੰਦੇ ਮੈਨੂੰ ਸੋਰਸ ਦਾ ਪਤਾ ਲੱਗਾ, ਗੁਰ ਸੋਰਸ ਆ। ਉਸ ਸੋਰਸ ਦੀ ਜਿਹੜੀ ਅਸਲ ਰੂਟ 'ਤੇ ਜਿੱਥੋਂ ਉਹ ਆ ਰਿਹਾ, ਜਿਹੜਾ ਕਰਤਾਰ ਹੈ, ਸਿਰਜਣਹਾਰ, ਉਹਦੇ ਬਾਰੇ ਤਾਂ ਕੋਈ ਵੀ ਨਹੀਂ ਜਾਣ ਸਕਦਾ। ਅਸੀਂ ਸ਼ਬਦ ਕਹਿੰਦੇ ਹਾਂ ਵਾਹਿਗੁਰੂ। ਵਾਹ ਦਾ ਮਤਲਬ ਪਤਾ ਕੀ ਹੁੰਦਾ? ਵਿਸਮਾਤ, ਬਿਓਂਡ ਐਕਸਪਲੇਨੇਸ਼ਨ। ਕਿਸੇ ਚੀਜ਼ ਨੂੰ ਦੇਖੋ, ਪੂਰੀ ਨਾ ਨਜ਼ਰ ਪਏ, ਉਹਦਾ ਪੂਰਾ ਵਜੂਦ ਨਾ ਦਿਸੇ, ਬੰਦਾ ਵਿਸਮਾਹ ਦੇ ਚਲਾ ਜਾਂਦਾ। ਕਹਿੰਦਾ ਪਤਾ ਨਹੀਂ ਭਾਈ ਕੀ ਹੋਏਗਾ, ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਖਤਮ ਹੁੰਦਾ। ਬਟ ਕਹਿੰਦਾ ਇਸੇ ਵਾਹ। ਇਹਦੀ ਬਾਤ ਬਾਬਾ ਜੀ ਕਹਿੰਦੇ ਮੈਨੂੰ ਨਹੀਂ ਆਈਡੀਆ ਉਸ ਇਨਫਿਨਿਟੀ ਦਾ, ਮੈਨੂੰ ਨਹੀਂ ਪਤਾ ਉਸ, ਕਹਿ ਲਓ ਜਿਹੜਾ ਐਟਰਨਲ ਆ, ਮੈਨੂੰ ਨਹੀਂ ਪਤਾ ਉਸ ਡਿਵਾਈਨ ਦਾ। ਜੇ ਹਉ ਜਾਣਾ, ਈਵਨ ਇਫ ਆਈ ਏਬਲ ਟੂ ਨੋ, ਇਫ ਆਈ ਐਮ ਏਬਲ ਟੂ ਅੰਡਰਸਟੈਂਡ 100%, ਜੇ ਹਉ ਜਾਣਾ ਆਖਾਂ, ਈਵਨ ਸਟਿਲ ਦੈਨ ਆਈ ਵੋਂਟ ਬੀ ਏਬਲ ਟੂ ਐਕਸਪਲੇਨ 100%। ਇੱਥੇ ਦਾਅਵਾ ਕੋਈ ਨਹੀਂ ਗਾ। ਇਸ ਕਰਕੇ ਕਿਹਾ ਗਿਆ ਧਰਤੀ 'ਤੇ ਜੋ ਕੁਝ ਵੀ ਪਸਰ ਰਿਹਾ ਕਿਸੇ ਵੱਡੇ ਗਿਆਨ ਦੀ ਹੋਂਦ ਵਿੱਚੋਂ ਆ ਰਿਹਾ। ਗੁਰੂ ਕਹਿੰਦਾ ਤੂੰ ਕਿਸੇ ਨਾਲ ਟਕਰਾਉਣ, ਕਿਸੇ ਦੇ ਨਾਲ ਉਲਝਣ ਦੀ ਬਜਾਏ, ਕਿਸੇ ਇਜ਼ਮ ਵਿੱਚ ਜਾਣ ਦੀ ਬਜਾਏ, ਤੂੰ ਇੱਕ ਕੰਮ ਕਰ, ਤੂੰ ਆਪਣੇ ਗੁਰ ਮੈਥਡ ਦੇ ਨਾਲ ਆਪਣੀ ਐਸੋਸੀਏਸ਼ਨ ਬਿਲਡ ਕਰ, ਅਤੇ ਆਪਣੀ ਧੁਨ ਦੇ ਵਿੱਚ ਤੁਰਿਆ ਲਗਾ ਜਾ। ਇਸ ਕਰਕੇ ਸਿੱਖੀ ਦੇ ਵਿੱਚ ਪ੍ਰਚਾਰ ਦਾ ਕੌਨਸੈਪਟ ਨਹੀਂ ਹੈਗਾ, ਜੀਣ ਦਾ ਕੌਨਸੈਪਟ ਆ। ਇੱਥੇ ਸਮਝ ਕੇ ਆਪਣੇ ਆਪ ਨੂੰ ਧਾਰਨ ਕਰਨ ਦਾ ਕੌਨਸੈਪਟ ਆ। ਮਹਾਰਾਜ ਕਹਿੰਦੇ ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਏ। ਕਿਉਂਕਿ ਕਿਹਾ ਜਾ ਹੀ ਨਹੀਂ ਸਕਦਾ, ਬਿਆਨ ਹੋ ਹੀ ਨਹੀਂ ਸਕਦਾ, ਸੋ ਇਹ ਕੋਈ ਇਜ਼ਮ ਨਹੀਂ ਗਾ। ਇਸ ਲਈ ਅਸੀਂ ਕਈ ਵਾਰੀ ਸਿੱਖੀ ਦੇ ਬਾਰੇ ਗੱਲ ਕਹਿੰਦੇ ਹਾਂ ਮੇਨ ਸਟ੍ਰੀਮ ਦੇ ਵਿੱਚ ਵੀ, ਪਲੀਜ਼ ਇਫ ਯੂ ਕੈਨ ਦੈਨ ਪਲੀਜ਼ ਡੂ ਇਟ, ਫੋਲੋ ਇਟ, ਡੂ ਨੋਟ ਸੇ ਸਿੱਖ ਇਜ਼ਮ, ਇਸ ਸਿੱਖੀ ਸਿੰਪਲ ਇਜ਼ਮ, ਇਜ਼ਮ ਇਜ਼ ਐਕਚੁਲੀ ਟੋਟਲੀ ਡਿਫਰੈਂਟ ਥਿੰਗ। ਸੋ ਅਸੀਂ ਉਸ ਰੂਪ ਦੇ ਵਿੱਚ ਉਸ ਤਰੀਕੇ ਨਾਲ ਉਹਦੇ ਨਾਲ ਸਾਂਝ ਨਹੀਂ ਪਾਉਣ ਦੀ ਗੱਲ ਕਰਦੇ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ, ਕਿਉਂਕਿ ਅੱਗੇ ਵੀ ਆਉਣਾ, ਇਸ ਕਰਕੇ ਇਸਨੂੰ ਹੁਣ ਸਿਰਫ ਇੰਨਾ ਹੀ ਮੈਂ ਐਕਸਪਲੇਨ ਕਰਾਂਗਾ ਵੀ ਹੇ ਗੁਰੂ ਮੈਨੂੰ ਇੱਕ ਚੀਜ਼ ਬੁਝਾ ਦੇ, ਸਮਝਾ ਦੇ, ਜਿਹੜਾ ਸਾਰਿਆਂ ਦੇ ਵਿੱਚ ਵਸਣ ਵਾਲਾ ਉਹ ਕਰਤਾਰ ਆ, ਉਹ ਕਦੀ ਵੀ ਮੇਰੀ ਸੁਰਤ ਤੋਂ ਉਲਾਮੇ ਨਾ ਹੋਏ, ਬਾਹਰ ਨਾ ਹੋਏ। ਇਹ ਗੁਰੂ ਮਹਾਰਾਜ ਦੀ ਅਰਦਾਸ ਆ। ਆਪ ਸਮੂਹ ਸੰਗਤ ਦਾ ਸਰਵਨ ਕਰਨ ਲਈ ਬੜਾ ਧੰਨਵਾਦ। ਮੈਂ ਸਮਝ ਸਕਦਾ ਵੈਦਰ 'ਤੇ, ਜਿਵੇਂ ਜਿਸ ਜਗ੍ਹਾ 'ਤੇ ਬੈਠੇ ਹਾਂ, ਗਰਮੀ ਬਹੁਤ ਸੀਗੀ,
ਪਰ ਆਪਣੇ ਬੜਾ ਸਹਿਯੋਗ ਦਿੱਤਾ। ਆਈ ਰੀਅਲੀ ਅਪਰੀਸ਼ੀਏਟ, ਆਈ ਰੀਅਲੀ ਥੈਂਕਫੁਲ ਫਾਰ ਦੈਟ, ਕਿਉਂਕਿ ਅਹਿਸਾਸ ਸੀਗਾ ਆਪਾਂ ਇੱਕ ਡਿਫਰੈਂਟ ਸੈਟਿੰਗ ਵਿੱਚ, ਡਿਫਰੈਂਟ ਇਨਵਾਇਰਮੈਂਟ ਵਿੱਚ ਸ਼ਬਦ ਦੀ ਗੱਲ ਕਰਨੀ ਸ਼ੁਰੂ ਕੀਤੀ। ਜਦੋਂ ਵੀ ਕਿਤੇ ਮੈਂ ਥੋੜ੍ਹਾ ਜਿਹਾ ਫੀਲ ਕਰਦਾ ਨਾ ਕਿ ਲੱਗਦਾ ਕਿ ਇਹ ਨੌਲੇਜ ਦੀ ਲੋੜ ਨਹੀਂ ਗੀ ਬਾਹਰ, ਤੂੰ ਐਵੇਂ ਤੁਰਿਆ ਫਿਰ ਮੈਂ ਛੱਡ ਦੇ, ਉਦੋਂ ਬਾਬਾ ਜੀ ਕੋਈ ਨਾ ਕੋਈ ਇਹੋ ਜਿਹਾ ਰੰਗ ਵਿਖਾਉਂਦੇ, ਹਾਓ ਕੈਨ ਯੂ ਸੇ ਇਟ, ਤਾਂ ਤੁਸੀਂ ਉਹ ਰੰਗ ਵਿਖਾ ਤਾ ਮੈਨੂੰ ਲਿਟਰਲੀ ਤੌਰ 'ਤੇ। ਇਟ ਦੇਰ ਆਰ ਐਕਚੁਲੀ ਪੀਪਲ ਹੂ ਰੀਅਲੀ ਵਾਂਟ ਟੂ ਗ੍ਰੈਬ ਇਟ, ਹੂ ਰੀਅਲੀ ਵਾਂਟ ਟੂ ਇੰਜੋਏ ਇਟ। ਆਪ ਵੀ ਅਤੇ ਜਿਹੜਾ ਔਨਲਾਈਨ ਵੀ ਸਾਡੇ ਸੁਣਨ ਵਾਲੇ ਨੇ, ਉਹਨਾਂ ਦੇ ਵੀ ਖਾਣੇ ਸੁਣਦੇ, ਸੋ ਸਰੂਪ ਦੇ ਵਿੱਚ ਸ਼ੁਕਰੀਆ। ਆਉਂਦੇ ਕੱਲ੍ਹ ਆਪਾਂ ਅਗਲੀ ਪੌੜੀ ਦੀ ਬਾਤ ਕਰਾਂਗੇ, ਅੱਜ ਲਾਸਟ ਵਾਲਾ ਪਾਰਟ ਹੈ ਕਿਉਂਕਿ ਰਿਪੀਟ ਹੋਣਾ, ਫਿਰ ਉਹਦੀ ਬਾਤ ਅਸੀਂ ਡਿਟੇਲ 'ਚ ਕਰ ਲਵਾਂਗੇ। ਥੈਂਕ ਯੂ ਵੈਰੀ ਮੱਚ ਬੀਂਗ ਅਟੈਂਟਿਵ ਲਿਸਨਰ, ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਿਤਾਰਿਓ ਜੇ। ਇੱਥੇ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।